ਕੀ ਲੋਕੀ ਆਪਾਂ ਕਹਿੰਦੇ ਆ ਕਿ ਯਾਰ ਬੱਚਿਆਂ ਵਾਸਤੇ ਉਹਦਾ ਮਿਊਜ਼ਿਕ ਨਹੀਂ ਸਹੀ ਜਿਆ ਐਵੇਂ ਆਵਾ ਯਾਰ ਸਿੱਧੂ ਨੂੰ ਲੋਕ ਕੀ ਆ ਕਹਿੰਦੇ ਸੀਗੇ ਕਿ ਸਾਰੇ ਬੱਚੇ ਹਥਿਆਰਾਂ ਦੇ ਲਾਤੇ ਐਂ ਕਰਤਾ ਉਹ ਕਰਤਾ ਯਾਰ ਉਹਦੇ ਜਾਨ ਤੋਂ ਬਾਅਦ ਹੀਰੋ ਬਣ ਗਿਆ ਦੀਪ ਸਿੱਧੂ ਸੀਗਾ ਦੀਪ ਸਿੱਧੂ ਗद्दार ਦੀਪ ਸਿੱਧੂ ਐਂ ਦੀਪ ਸਿੱਧੂ ਆ ਦੀਪ ਸਿੱਧੂ ਅੱਜ ਹੀਰੋ ਆ ਟਰੈਕਟਰਾਂ ਟਰਾਲੀਆਂ ਦੇ ਵੱਡੇ ਵੱਡੇ ਸਟਿੱਕਰ ਲੱਗੇ ਹੁਣ ਦੀਪ ਸਿੱਧੂ ਵੇਖਣਦੇ ਆ ਯਾਰ ਨਾ ਸਿੱਧੂ ਵੇਖਣਦੇ ਆ ਉਸੀ ਮਿਲਿਆ ਸੀ ਕਦੀ ਸਿੱਧੂ ਹਾਂਜੀ ਹਾਂਜੀ ਮੈਂ 2-3 ਵਾਰ ਮਿਲਿਆ ਕਿਵੇਂ ਦਾ ਸੁਭਾਸੀ ਦਾ ਉਦੋਂ ਬਹੁਤ ਵਧੀਆ ਸੁਭਾਸੀਗਾ ਉਦੋਂ ਬਹੁਤ ਨਮਾਣਾ ਜਾਓਗੇ ਮਿਲਦਾ ਸੀ ਉਹ ਚ ਜੋ ਗਾਣਿਆ ਸੀਗਾ ਉਹ ਉਦਾਂ ਦਾ ਮਤਲਬ ਐ ਏਡੀ ਗੱਲਬਾਤ ਨਹੀਂ ਸੀਗੀ ਵੀ ਹਾਂ ਹਾਂ ਉਹਦੇ ਚ ਹੰਕਾਰ ਹੋਊਗਾ ਜਾਂ ਉਹ ਚ ਕੋਈ ਗੱਲਬਾਤ ਹੋਊਗੀ। ਉਹੀ ਗਾਣੇ ਹੁਣ ਕਾਤੋਂ ਚੰਗੇ ਲੱਗਦੇ ਮੈਂ ਸੁਣਿਆ ਗੱਡੀ ਤੇਰੀ ਚ ਰਹਿੰਦੇ ਵੱਜਦੇ ਚੇਤੇ ਮੈਨੂੰ ਚੇਤੇ ਮੈਨੂੰ ਗੱਲਾਂ ਨੇ ਉਹ ਸਾਰੀਆਂ ਫਿੱਕੀਆਂ ਫਿੱਕੀਆਂ ਯਾਰੀਆਂ ਇੱਥੇ ਫਿੱਕੀਆਂ ਫਿੱਕੀਆਂ ਯਾਰੀਆਂ ਹਰ ਇੱਕ ਨੂੰ ਸਿਰਫ ਉਹ ਦਿਨ ਦਿਖਦਾ ਜਦੋਂ ਤੁਸੀਂ ਸਟੇਜ ਤੇ ਹੁੰਦੇ ਹੋ। ਜਦ ਤੁਸੀਂ ਕੋਈ ਇੰਟਰਵਿਊ ਕਰ ਰਹੇ ਹੁੰਦੇ ਕੋਈ ਅੱਛਾ ਯਾਰ ਬੰਦਾ ਕਿੱਥੇ ਪਹੁੰਚ ਗਿਆ? ਉਹ ਬੰਦਾ ਕਿੱਥੇ ਪਹੁੰਚ ਗਿਆ ਨਹੀਂ ਬੰਦਾ ਕਿੱਦਾਂ ਪਹੁੰਚ ਗਿਆ? ਉਹ ਮਾਇਨੇ ਰੱਖਦੀ ਆ ਜੀ। ਗੱਲ ਨੋਟ ਕਰਿਓ ਜਦੋਂ ਆਪਾਂ ਸਟੇਜ ਤੇ ਖੜਕੇ ਗਾਉਨੇ ਆ ਨਾ ਸਾਡੇ ਸਿਰ ਤੇ ਪੱਗ ਗਿਆ ਆ। ਆਪਾਂ ਕੁਛ ਵੀ ਬੋਲ ਰਹੇ ਆ ਕੁਛ ਵੀ ਗਾ ਰਹੇ ਆ ਉਥੋਂ ਆਪਾਂ ਆਪਣਾ ਟੈਲੈਂਟ ਨਹੀਂ ਵਿਖਾ ਰਹੇ। ਆਪਾਂ ਆਪਣੀ ਸਟੇਟ ਨੂੰ ਰਿਪਰੈਜ਼ੈਂਟ ਕਰ ਰਹੇ ਆ। ਆਪਾਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਆ ਉਥੇ ਕਿ ਹਾਂ ਆ ਬੰਦਾ ਕੁਛ ਬੋਲ ਰਿਹਾ। ਪਰ ਆਪਣੇ ਲੋਕ ਇਹ ਸਮਝਦਾ ਕਿ ਯਾਰ ਆਪਣੀ ਹਵਾ ਕਰਦਾ ਜਾਂ ਆਪਣੀ ਚੜ੍ਹਾਈ ਦੀ ਆ ਬੋਲੀ ਜਾਂਦਾ। ਛੇਵਨ ਨੂੰ ਕਿਸੇ ਨੇ ਨਹੀਂ ਪੜਿਆ। ਛੇਵਨ ਛੇਵ ਦਾ ਤਿੰਨ ਚਾਰ ਗੀਤ ਆ ਜਿਹੜੇ ਸਾਰਿਆਂ ਨੂੰ ਯਾਦ ਆ ਜਿਹੜੇ ਸਾਰਿਆਂ ਨੇ ਸੁਨੇ ਆ ਉਹ ਉਹਨਾਂ ਨੂੰ ਸੁਣ ਕੇ ਕਹਿੰਦੇ ਆ ਕਿ ਉਹਨਾਂ ਨੂੰ ਆਸ਼ਕ ਦਾ ਦਰਜਾ ਦਿੱ ਲੋਕੀ ਤੁਹਾਡਾ میوزਿਕ پیسے ਦੇ ਕੇ ਖਰੀਦੇ ਸੀਗੇ ਕਿ ਮਤਲਬ ਕਿ ਉਹਨਾਂ ਨੂੰ ਲੋਕਾਂ ਨੂੰ ਵੀ ਰਿਸਪੈਕਟ ਸੀਗੀ ਮਤਲਬ ਆਡੀਅנס ਨੂੰ ਵੀ ਬਹੁਤ ਜ਼ਿਆਦਾ ਰਿਸਪੈਕਟ ਸੀਗੀ ਕਿ ਹਾਂ ਕਿ ਕਲਾ ਦੀ ਹੁਣ ਤਾਂ ਬਹੁਤ ਕੁਝ ਆਮ ਕਰਤਾ ਆਪਾਂ ਮਤਲਬ ਰੀਯੂਜ਼ ਨੇ ਕਰਤਾ ਚਾਹੇ ਕੁਝ ਵੀ ਤੁਸੀਂ ਲਾ ਲਓ ਹੁਣ ਤਾਂ ਬਹੁਤ ਆਮ ਹੋ ਗਿਆ ਮਤਲਬ ਪੋਜ਼ਿਟਿਵ ਨਾਲੋਂ ਵੱਧ ਲੋਕੀ ਨੈਗੇਟਿਵ ਬੋਲਦੇ ਆ ਅੰਗਰ ਤੋ ਉਹਨਾਂ ਬਾਰੇ ਕੀ ਸੋਚਦਾ ਮੈਂ ਉਹਨਾਂ ਬਾਰੇ ਬਹੁਤ ਵਧੀਆ ਸੋਚਦਾ ਹੂੰ ਕਿਉਂਕਿ ਉਹ ਤੁਹਾਡੀ ਜ਼ਿੰਦਗੀ 'ਚ ਬਹੁਤ ਅਹਿਮ ਕਰਤਾਰ ਨਿਭਾਰੇ ਹੁੰਦੇ ਨੇ ਕਿਉਂਕਿ ਉਹ ਬਹੁਤ ਜ਼ਰੂਰੀ ਹੁੰਦਾ ਜੇ ਤੁਸੀਂ ਅੱਗੇ ਵਧਣਾ ਜੇ ਉਹ ਨਹੀਂ ਹੋਣਗੇ ਨਾ ਤੁਸੀਂ ਉੱਥੇ ਖੜ੍ਹਜੋਗੇ ਤੂੰ ਤੇ ਮੈਂ ਇਕੱਠੇ ਬਹਿ ਕੇ ਗੱਲਾਂ ਕਰੀਏ ਨਾਲੇ ਪੀਣੀ ਤੇਰੇ ਨਾਲ ਚਾਹ ਮੈਂ ਕਹਿੰਦਾ ਚਾਹ ਦਾ ਗਾਣਾ ਹੀ ਨਹੀਂ ਕੋਈ ਅਜੇ ਤੱਕ ਤੇ ਮਤਲਬ ਕਿ ਗਾਣੇ ਉਂ ਜ਼ਿਕਰ ਹੁੰਦਾ ਹੈ ਚਾਹ ਦਾ ਵਿੱਚ ਪਰ ਹੁੱਕ ਕੋਈ ਵੀ ਨਹੀਂ ਹੈਗੀ ਤੁਸੀਂ ਚੱਕ ਕੇ ਵੇਖ ਲਓ ਕੋਈ ਗਾਣਾ ਆਇਆ ਹੀ ਨਹੀਂ ਅਜੇ ਤੱਕ ਤੇ ਫਿਰ ਉਹ ਬਸ ਐਂ ਬਣਦੇ ਬਣਦੇ ਗਾਣਾ ਬਣ ਗਿਆ ਜੋੜਦਾ ਜੋੜਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਕਿਹਾ ਜਾਂਦਾ ਹੈ ਕਿ ਤੁਹਾਡਾ ਕਿਰਦਾਰ ਹੀ ਤੁਹਾਡੀ ਪਛਾਣ ਹੁੰਦੀ ਹੈ ਨਹੀਂ ਤਾਂ ਇੱਕ ਨਾਮ ਦੇ ਤਾਂ ਲੱਖਾਂ ਇਨਸਾਨ ਹੁੰਦੇ ਹੀ ਨਹੀਂ ਤੇ ਅੱਜ ਜਿਹੜੇ ਆਰਟਿਸਟ ਨਾਲ ਤੇ ਜਿਹੜੇ ਸਿੰਗਰ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਆ ਉਹਨਾਂ ਦਾ ਗੀਤ ਤੁਸੀਂ ਜ਼ਰੂਰ ਰੀਲਸ ਤੇ ਵੀ ਸੁਨੇ ਹੋਣੇ ਆ ਤੇ YouTube ਤੇ ਵੀ ਸੁਨੇ ਹੋਣੇ ਆ ਤੇ ਅੱਜ ਸਾਡੇ ਨਾਲ ਮੌਜੂਦ ਨੇ ਲੋਕ ਲੋਕ ਆਰਟਿਸਟ ਨੂੰ ਦੇਖਦੇ ਨੇ ਕਿ ਉਹ ਕਿਵੇਂ ਆਰਟਿਸਟ ਬਣਿਆ ਪਰ ਉਹਦੇ ਪਿੱਛੇ ਦੀ ਕਹਾਣੀ ਕਿਸੇ ਨੂੰ ਨਹੀਂ ਪਤਾ ਹੁੰਦੀ ਤੇ ਅੱਜ ਸਾਡੇ ਨਾਲ ਮੌਜੂਦ ਨੇ ਅੰਗਦ ਅਲੀਵਾਲ ਜਿਨ੍ਹਾਂ ਦੇ ਗੀਤ ਤੁਸੀਂ ਜ਼ਰੂਰ ਸੁਨੇ ਹੋਣੇ ਨੇ ਤੇ ਅੱਜ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਤੇ ਉਹਨਾਂ ਦੀ ਜ਼ਿੰਦਗੀ ਬਾਰੇ ਵੀ ਤੁਹਾਨੂੰ ਜ਼ਰੂਰ ਸੁਣਾਵਾਂਗੇ ਪਹਿਲੇ ਤਾਂ ਸਵਾਗਤ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਜੀ ਗੀਤ ਵਾਇਰਲ ਹੋਏ ਤੁਹਾਡੇ ਰੀਲਸ ਤੇ ਉਮੀਦ ਸੀ ਕਿ ਰੀਲਸ ਤੇ ਇਹ ਗੀਤ ਵਾਇਰਲ ਹੋਣੇ ਉਮੀਦਾਂ ਦੀ ਚਲੋ ਥੋੜੀ ਜੀ ਉਮੀਦ ਕਰਕੇ ਚੱਲੀ ਜਾਂਦੇ ਆ ਜਦੋਂ ਰੀਲ ਤੇ ਗੀਤ ਵਾਇਰਲ ਹੋਈ ਸੀ ਪਤਾ ਲੱਗਿਆ ਸੀ ਕਿ ਮੇਰੇ ਗੀਤ ਰੀਲ ਤੇ ਆ ਚੁੱਕੇ ਆ ਹਾਂ ਜਦੋਂ ਤੁਹਾਨੂੰ ਤੁਹਾਡੇ ਆਪਣੇ ਜਾਂ ਤੁਹਾਡਾ ਸਰਕਲ ਤੁਹਾਨੂੰ ਸ਼ੇਅਰ ਕਰਨ ਲੱਗੇ ਜਦੋਂ ਵਾਰਾ ਕਿ ਹਾਂ ਤੇਰਾ ਗਾਣਾ ਸੁਣਿਆ ਸੀਗਾ ਫਿਰ ਪਤਾ ਲੱਗਣ ਲੱਗ ਜਾਂਦਾ ਕਿ ਹਾਂ ਲੋਕਾਂ ਤੱਕ ਪਹੁੰਚਣ ਲੱਗੀ ਗਈ ਸੀ ਸਭ ਤੋਂ ਪਹਿਲਾਂ ਗੀਤ ਕਿਹੜਾ ਵਾਇਰਲ ਹੋਇਆ ਸੀ ਰੀਲ ਤੇ ਸਭ ਤੋਂ ਪਹਿਲਾਂ ਤਾਂ ਰੀਲ ਤੇ ਵੀ ਤੇ ਟਿਕਟੌਕ ਤੇ ਵੀ ਸੀਗਾ ਵਾਇਰਲ ਉਦੋਂ ਆਪਣਾ ਹਣੀ ਭਾਜੀ ਨੇ ਕੀਤਾ ਸੀਗਾ ਹਨੀ ਸਿੰਘ ਜੀ ਨੇ ਜਲੰਧਰ ਤੋਂ ਉਹ ਮੇਰਾ ਲਾਈਵ ਹੀ ਸੀਗਾ ਉਹਨਾਂ ਨੇ ਆਪਣੇ ਇੰਸਟਾ ਤੋਂ ਕੀਤਾ ਸੀਗਾ ਤੇ ਉਹ ਚੱਲਦਾ ਜੱਲਦਾ ਲਾਈਵ ਹੋ ਗਿਆ ਉਹ ਗਾਣਾ ਕਰਨ ਦਾ ਪਲਾਨ ਸੀਗਾ ਤੇ ਉਸ ਤੋਂ ਬਾਅਦ ਚਾਹ ਪਾਤਾ ਚਾਹ ਦਾ ਮੈਂ ਉਹੀ ਰੀਲ ਪਾਈ ਤੇ ਉਹ ਲੋਕਾਂ ਦਾ ਕਪੂ ਚਾਹ ਗਾਣਾ ਤੁਸੀਂ ਪਾਇਆ ਅੱਜ ਤੇ ਉਹ ਵੈਸੇ ਚਾਹ ਗਾਣੇ ਇੱਕ ਵੀ ਲਾਈਨ ਬੋਲ ਦੋ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਅੰਗਰੇਦਲੀਵਾਲ ਦਾ ਗਾਣਾ ਹੈ ਤੇ ਉਹ ਗੀਤ ਦੀ ਲਾਈਨ ਹੋ ਜੇ ਹਏ ਪੈਰਾ ਥੱਲੇ ਹਰਾ ਹਰਾ ਕਾਗੋਰੀਏ ਸਿਰ ਉੱਤੇ ਨੀਲਾ ਅਸਮਾਨ ਯਕੀਨ ਦੀਆਂ ਕੰਧਾਂ ਕਰ ਚ ਬਣਾਵਾਂਗੇ ਹੈ ਗੀਤਾਂ ਵਾਲੇ ਹੁਣੇ ਵੇਖੀ ਰਾਂ ਇਹੀ ਮੇਰੇ ਨਿਕੇ ਨਿਕੇ ਚਾ ਤੂੰ ਤੇ ਮੈਂ ਇਕੱਠੇ ਬਹਿ ਕੇ ਗੱਲਾਂ ਕਰੀਏ ਨਾਲੇ ਪੀਣੀ ਤੇਰੇ ਨਾਲ ਚਾ ਜਦੋਂ ਇਹ ਗੀਤ ਬਣਾਇਆ ਸੀ ਹੱਥ ਵਿੱਚ ਚਾ ਸੀ ਨਹੀਂ ਹੱਥ 'ਚ ਤਾਂ ਉਹਦਾ ਕੁਝ ਨਹੀਂ ਸੀਗਾ ਬਸ ਪੈਨ ਸੀਗਾ ਤੇ ਕਾਪੀ ਸੀਗੀ ਚਾਹ ਤੇ ਕਿਵੇਂ ਗੀਤ ਬਣ ਗਿਆ ਚਾਹ ਤੇ ਮੈਂ ਇੱਧੇ ਬੈਠਾ ਸੀਗਾ ਬਾਲਕਨੀ ਜੇ ਆਪਣੇ ਫਲੈਟ ਦੀ ਤੇ ਉਦੋਂ ਮਤਲਬ ਕਿ ਐਂ ਹੀ ਬਸ ਸੋਚਿਆ ਮੈਂ ਕਿ ਯਾਰ ਆਪਾਂ ਚਾਹ ਕਿੰਨੀ ਪੀਨੇ ਉਦੋਂ ਅਸਲ 'ਚ ਮੇਰਾ ਮਨ ਕਰਦਾ ਸੀ ਚਾਹ ਪੀਣ ਦਾ ਤੇ ਦਿਨ ਚੜੀ ਜਾਂਦਾ ਉਹ 4 4:30 ਦਾ ਟਾਈਮ ਹੋਣਾ ਸਵੇਰ ਦਾ ਤੇ ਮੈਂ ਕਿਹਾ ਕਿ ਯਾਰ ਚਾਹ ਪੀਣ ਦਾ ਜੀ ਕਰਿਆ ਨਾ ਫਿਰ ਐਂ ਹੀ ਗੱਲ ਜੀ ਆ ਗਈ ਦਿਮਾਗ 'ਚ ਮੈਂ ਕਿਹਾ ਆਪਾਂ ਚਾਹ ਇੰਨੀ ਪੀਨੇ ਸਾਰੇ ਜਣੇ ਕੀ ਚਾਹ ਦੇ ਕੋਈ ਗੱਲ ਹੁੰਦੀ ਆ ਚਾਹ ਬਣਾ ਲਓ ਹਨਾ ਚਾਹ ਪੀਏ ਚਾਹ ਪੀਣ ਚੱਲੀਏ ਕੁਝ ਵੀ ਮੈਂ ਕਹਿੰਦਾ ਚਾਹ ਤੇ ਗਾਣਾ ਹੀ ਨਹੀਂ ਕੋਈ ਅਜੇ ਤੱਕ ਤੇ ਮਤਲਬ ਕਿ ਗਾਣੇ ਉਹ ਜ਼ਿਕਰ ਹੁੰਦਾ ਹੈ ਚਾਹ ਦਾ ਵਿੱਚ ਪਰ ਹੁੱਕ ਕੋਈ ਵੀ ਨਹੀਂ ਹੈਗੀ ਤੁਸੀਂ ਚੱਕ ਕੇ ਵੇਖ ਲਓ ਕੋਈ ਗਾਣਾ ਆਇਆ ਹੀ ਨਹੀਂ ਅਜੇ ਤੱਕ ਤੇ ਫਿਰ ਉਹ ਬਸ ਐਂ ਬਣਦੇ ਬਣਦੇ ਗਾਣਾ ਬਣ ਗਿਆ ਜੋੜਦਾ ਜੋੜਦਾ ਗਿਆ ਚਾਹ ਗੀਤ ਨੂੰ ਬਹੁਤ ਪਿਆਰ ਮਿਲਿਆ ਲੋਕਾਂ ਦਾ ਤੇ ਤੁਹਨ ਤੁਸੀਂ ਹਾਨੀ ਸਿੰਘ ਦੀ ਗੱਲ ਕੀਤੀ ਸੀ ਹਾਨੀ ਸਿੰਘ ਨਾਲ ਤੁਸੀਂ ਤਸਵੀਰ ਵੀ ਪਾਈ ਹੋਈ ਆਪਣੇ ਸੋਸ਼ਲ ਮੀਡੀਆ ਤੇ ਉਹ ਕੀ ਕਿੱਸਾ ਸੀਗਾ ਕਿਵੇਂ ਉਹਨਾਂ ਨਾਲ ਮੁਲਾਕਾਤ ਹੋਈ ਸੀ ਉਹਨਾਂ ਨਾਲ ਮੁਲਾਕਾਤ ਹੈ ਇਸੇ ਆਪਾ ਦਿੱਲੀ ਸੀਗੇ ਉਦੋਂ ਜੋ ਧਰਨੇ ਤੇ ਸੀਗੇ ਤੇ ਉੱਥੋਂ ਬਸ ਆਉਂਦੇ ਆ ਉਹਨਾਂ ਨਾਲ ਇੱਕ ਫਰੈਂਡ ਸੀਗਾ ਉਹਨੂੰ ਮੈਸੇਜ ਆਇਆ ਉਹ ਉਹਦੇ ਜਾਣਕਾਰ ਸੀਗੇ ਤੇ ਜੋ ਸਟੂਡੀਓ ਗਏ ਮੈਂ ਕਿਹਾ ਚੱਲ ਵੀ ਮਿਲਦੇ ਆ ਕਿ ਨਿੱਕੋਂ ਦਾ ਤੋਂ ਫੈਨ ਸੀਗੇ ਉਹਨਾਂ ਦੇ ਤੇ ਜਦੋਂ ਮਤਲਬ ਕਿ ਮਿਲੇ ਬੈਠੇ ਆ ਤਾਂ ਗੋਪਾ ਜੀ ਮੈਨੂੰ ਕਹਿੰਦੇ ਕਹਿੰਦੇ ਯਾਰ ਮੈਂ ਤੇਰਾ ਗਾਣਾ ਫਿਰਪੀਟ ਤੇ ਸੁਣਿਆ ਤੇਰਾ ਜਲੰਧਰ ਸੀਗਾ ਤੂੰ ਮਨ ਲਗਾ ਤੀ ਸੋਚ ਹੀ ਸਕਦੇ ਹੋ ਕਿ ਨਿੱਕੇ ਹੁੰਦੇ ਜਦ ਇਹ ਆਪਾਂ ਫੈਨ ਹੋਈਏ ਮਤਲਬ ਕਿ ਉਹਨੂੰ ਆਪਣੀ ਇਨਸਪੀਰੇਸ਼ਨ ਮੰਨੀ ਹੈ ਤੇ ਉਹ ਬੰਦਾ ਤੁਹਾਨੂੰ ਇਹ ਗੱਲ ਕਹੇਗੀ ਮੈਂ ਯਾਰ ਵੀ ਤੇਰਾ ਗਾਣਾ ਰਿਪੀਟ ਸੁਣਿਆ ਤੇ ਕਿਹੜਾ ਗੀਤ ਸੁਣਿਆ ਸੀ ਉਹਨਾਂ ਨੇ ਬਾਈ ਉਹਨਾਂ ਜਲੰਦਰ ਮੇਰਾ ਡੈਬਿਊ Song ਸੀ ਗੱਲ ਦਾ ਸਭ ਤੋਂ ਪਹਿਲਾਂ ਆਇਆ ਸੀਗਾ ਤੇ ਫਿਰ ਜਦੋਂ ਹਾਨੀ ਸਿੰਘ ਦੇ ਸਟੂਡੀਓ ਚੱਲੇ ਸੀ ਆਪਣੇ ਫਰੈਂਡ ਨਾਲ ਤੇ ਉਦੋਂ ਇੱਕ ਦਿਲ ਵਿੱਚ ਨਰਵਸ ਸੀ ਕਿ ਕੀ ਰਿਐਕਸ਼ਨ ਹੋਏਗਾ ਉਹਨਾਂ ਦਾ ਕਾ ਆਵਿਅਸਲੀ ਵਾਹ ਜਿਆਦਾ ਨਰਵਸ ਸੀਗਾ ਮੈਂ ਮਤਲਬ ਤੇ ਉਤੋਂ ਉਹਨਾਂ ਦਾ ਸਟੂਡੀਓ ਵੇਖਣਾ ਪਹਿਲਾਂ ਆਪਾਂ ਉੱਪਰ ਬੈਠੇ ਸੀ ਉਹਨਾਂ ਦੇ ਫਲੈਟ ਦੇ ਫਿਰ ਉਹ ਕਹਿੰਦੇ ਕਿ ਥੋੜੀ ਦੇਰ ਨੂੰ ਸਟੂਡੀਓ ਆਜੋ ਜਦੋਂ ਮਤਲਬ ਸਟੂਡੀਓ ਵੇਖਿਆ ਫਿਰ ਤਾਂ ਤੁਸੀਂ ਸਮਝ ਹੀ ਸਕਦੇ ਹੋ ਮਤਲਬ ਕਿੰਦਾ ਦੀ ਹਾਨੀ ਸਿੰਘ ਨੇ ਕਿਹਾ ਮੈਂ ਤੁਹਾਡੇ ਗੀਤ ਸੁਨੇ ਆਇਆ ਫਿਰ ਉਸ ਤੋਂ ਬਾਅਦ ਤੁਸੀਂ ਸਟੂਡੀਓ ਬੈ ਕੇ ਵੀ ਇੱਕ ਗੀਤ ਗਾਇਆ ਸੀ ਉਹ ਕਿਹੜਾ ਗੀਤ ਉਹ ਜਲੰਧਰ 2 ਸੀਗਾ ਉਹ ਹੋ ਗਿਆ ਰਿਲੀਜ਼ ਨਹੀਂ ਇਹ ਦੇਖਣਾ ਉਹ ਉਹ ਕਦੋਂ ਰਿਲੀਜ਼ ਹੋਣਾ ਉਹਦੇ ਬਸ ਮੈਸੇਜ ਆਉਂਦੇ ਰਹਿੰਦੇ ਆ ਬਹੁਤ ਕਿ ਕਦੋਂ ਰਿਲੀਜ਼ ਹੋਣਾ ਉਹ ਕਰ ਦੋ ਕਰ ਦੋ ਬਸ ਵੇਖੋ ਆ ਸਾਲ ਚ ਸ਼ਾਇਦ ਕਰ ਦਈਏ ਤੇ ਹੰਨੀ ਸਿੰਘ ਨੇ ਨਹੀਂ ਕਿਹਾ ਹਲੇ ਤੱਕ ਕੋਈ ਗੀਤ ਰਿਲੀਜ਼ ਨਹੀਂ ਕੀਤਾ ਪਾਜੀ ਨੇ ਉਦੋਂ ਕਿਹਾ ਸੀਗਾ ਕਿ ਆਪਾਂ ਕਰਾਂਗੇ ਕੰਮ ਵੀ ਕਰਕੇ ਵੇਖੂਗਾ ਮੁੜ ਕੇ ਥੋੜਾ ਸਵੱਬ ਜਾਨੀ ਬਣਿਆ ਜਾਂ ਵੇਖੋ ਹਜੇ ਕੁਝ ਨਹੀਂ ਪਤਾ ਮਤਲਬ ਹੰਨੀ ਸਿੰਘ ਨੂੰ ਸੁਣਾਇਆ ਸੀ ਗੀਤ ਜਲੰਧਰ ਉਹ ਵੀ ਗੀਤ ਹੋ ਜਾ ਇੱਕ ਵਾਰੀ ਜ਼ਰੂਰ ਹਾਂ ਉਹ ਗਾਣਾ ਸੀਗਾ ਕਹਿੰਦਾ ਹਾਏ ਬਿੰਦੀਆਂ ਸਭ ਚੇਤੇ ਤੇਰੀਆਂ ਚੇਤੇ ਸਾਰੇ ਰੰਗ ਕੁੜੇ ਹਾਲੇ ਵੀ ਸਿਰ ਨੂੰ ਚੜਦੀ ਯਾਦਾਂ ਦੀ ਭੰਗ ਕੁੜੇ ਅੱਜ ਵੀ ਤੈਨੂੰ ਨਾ ਨਹੀਂ ਕਰਨੀ ਜਾਣ ਭਾਵੇਂ ਮੰਗ ਕੁੜੇ ਚੇਤੇ ਤੇਰੇ ਲਫ਼ਜ਼ ਆਖਰੀ ਖਿਆਲਾਂ ਨੂੰ ਰੰਗੇਗਾ ਐਵੇਂ ਨਾ ਅਥਰੂ ਕੇ ਰੀ ਜਦੋਂ ਜਲੰਦਰ ਲੰਗੇਗਾ ਤੁਸੀਂ ਗੀਤ ਗਾਇਆ ਇੰਡਸਟਰੀ 'ਚ ਨਵੇਂ ਆਏ ਸੀਗੀ ਤਾਂ ਉਦੋਂ ਕੀ ਮਾਹੌਲ ਸੀਗਾ ਇੰਡਸਟਰੀ 'ਚ ਤੇ ਹੁਣ ਕੀ ਚੇਂਜ ਹੈ ਇੰਡਸਟਰੀ ਵਿੱਚ ਇੰਡਸਟਰੀ 'ਚ ਬਹੁਤ ਜ਼ਿਆਦਾ ਬਹੁਤ ਵੱਡਾ ਚੇਂਜ ਆਇਆ ਕਿਉਂਕਿ ਪਹਿਲਾਂ ਮੈਂ ਐਜ਼ ਆ ਸਿੰਗਰ ਨਹੀਂ ਸੀ ਆਇਆ ਮੈਂ ਐਜ਼ ਆ ਫਿਲਮ ਐਕਟਰ ਆਇਆ ਸੀਗਾ ਕਿ ਮੈਂ 뮤직 ਵੀਡੀਓਜ਼ ਵੀ ਕੀਤੀਆਂ ਡੀਓਪੀ ਕੀਤੀ ਲਾਈਕ ਐਡਿਟਿੰਗ ਵੀ ਕੀਤੀ ਸਾਰਾ ਕੁਝ ਤੇ ਗਾਉਣਾ ਸੀਗਾ ਸਿਰਫ ਮੈਂ ਸੋਚਿਆ ਸੀਗਾ ਐਜ਼ ਆ ਪਲੇਬੈਕ ਗਾਉਂਗਾ ਜੇ ਗਾਉਣਾ ਆਇਆ ਤਾਂ ਤੇ ਕਰਦੇ ਕਰਦੇ ਹੁਣ ਤੱਕ ਤਾਂ ਬਹੁਤ ਜ਼ਿਆਦਾ ਚੇਂਜ ਆ ਗਿਆ ਮਤਲਬ ਉਹ ਦੌਰ ਸੌਖਾ ਹੋ ਗਿਆ ਕਹਿ ਸਕਦੇ ਕੀ ਕਿੱਥੇ ਤੁਸੀਂ ਪਹਿਲਾਂ ਚੀਜ਼ ਬਣਾਉਣੀ ਤੇ ਮਤਲਬ ਉਦੋਂ ਆਦਾ ਮੈਂ ਜਦੋਂ ਆਪਾਂ ਜਦੋਂ ਸੀੜੀਆਂ ਚੜ੍ਹਦੀਆਂ ਸੀਗੀਆਂ ਤੁਸੀਂ ਕੋਈ ਚੀਜ਼ ਬਣਾਉਣੀ ਫਿਰ ਉਹਨੂੰ ਉਹਦੀ ਸੀੜੀ ਤੁਸੀਂ ਕਿਸੇ ਲੈਵਲ ਨਾਲ ਗੱਲ ਕਰਨੀ ਸੀੜੀ ਲੋਕਾਂ ਤੱਕ ਪਹੁੰਚਾਉਣੀ ਦੋਦੋ ਵੱਡੀ ਗੱਲ ਇਹ ਸੀਗੀ ਲੋਕੀ ਤੁਹਾਡਾ ਮਿਊਜ਼ਿਕ ਪੈਸੇ ਦੇ ਕੇ ਖਰੀਦੇ ਸੀਗੇ ਕਿ ਮਤਲਬ ਕਿ ਉਹਨਾਂ ਨੂੰ ਲੋਕਾਂ ਨੂੰ ਵੀ ਰਿਸਪੈਕਟ ਸੀਗੀ ਮਤਲਬ ਆਡੀਅੰਸ ਨੂੰ ਵੀ ਬਹੁਤ ਜ਼ਿਆਦਾ ਰਿਸਪੈਕਟ ਸੀਗੀ ਕਿ ਹਾਂ ਕਿ ਕਲਾ ਦੀ ਹੁਣ ਤਾਂ ਬਹੁਤ ਕੁਝ ਆਮ ਕਰਤਾ ਆਪਾਂ ਮਤਲਬ ਰੀਲਸ ਨੇ ਕਰਤਾ ਚਾਹੇ ਕੁਝ ਵੀ ਤੁਸੀਂ ਲਾ ਲਓ ਹੁਣ ਤੱਕ ਬਹੁਤ ਆਮ ਹੋ ਗਿਆ ਮਤਲਬ ਹਰ ਇੱਕ ਲਈ ਸੌਖਾ ਹੋ ਗਿਆ ਕਿ ਬਣਾਓ ਵੀਡੀਓ ਪਾਓ ਰੀਲ ਤੇ ਚੱਲ ਗਈ ਓਕੇ ਆ ਰੀਲਸ ਤੇ ਗੀਤ ਵਾਇਰਲ ਹੁੰਦਾ ਇੱਕ ਤੁਹਾਨੂੰ ਕੀ ਲੱਗਦਾ ਹੈ ਰੀਲਸ ਤੇ ਗੀਤ ਵਾਇਰਲ ਹੋਣ ਨਾਲ ਹਿੱਟ ਹੋ ਜਾਂਦਾ ਨਹੀਂ ਮੇਰੇ ਹਿਸਾਬ ਨਾਲ ਨਹੀਂ ਹਿੱਟ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਉੱਥੇ ਤਾਂ ਇਦਾਂ ਕੋਈ ਸ਼ੈਕ ਮਾਰੋ ਉਹ ਹੀ ਗੱਲ ਕੀਤੀ ਸੀ ਇੱਕ ਸ਼ੈਕ ਮਾਰੋ ਉਹ ਵੀ ਵਾਇਰਲ ਹੋ ਸਕਦੀ ਹੈ ਕੋਈ ਡਾਇਲੋਗ ਕਿਸੇ ਨੇ ਕੁਝ ਵੀ ਕਹਿ ਦਿੱਤਾ ਉਹ ਵੀ ਵਾਇਰਲ ਹੋ ਸਕਦਾ ਉਹਦਾ ਮਤਲਬ ਇਹ ਨਹੀਂ ਕਿ ਤੁਹਾਡਾ ਕੰਟੈਂਟ ਤੁਹਾਡਾ ਗਾਣਾ ਹਿੱਟ ਹੋ ਗਿਆ ਤੁਹਾਡਾ ਹਿੱਟ ਇਹ ਰੀਲ ਇੱਕ ਜ਼ਰੀਆ ਹੈ ਰੀਲ ਦਾ ਮਤਲਬ ਇਹ ਕਿ ਲੋਕਾਂ ਨੇ ਤੁਹਾਨੂੰ ਸੁਣ ਲਿਆ ਠੀਕ ਹੈ ਹੁਣ ਤੁਹਾਨੂੰ ਸਰਚ ਕਰਨੋ ਹੂੰ ਚਾਹੇ ਗੂਗਲ ਤੇ ਕਰਨ ਜਾਂ YouTube ਤੇ ਕਰਨ ਜਾਂ Insta ਤੇ ਆ ਕੇ ਕਰਨ ਉਹ ਤੁਹਾਡੀ ਕਮਾਈ ਹੈ ਉਹ ਤੋਂ ਪਤਾ ਲੱਗਦਾ ਕਿ ਤੁਹਾਡੀ ਵੈਲਿਊ ਕਿੰਨੀ ਹੈ ਲੋਕਾਂ 'ਚ ਕਿ ਲੋਕੀ ਤੁਹਾਨੂੰ ਲੱਭਣਾ ਚਾਹੁੰਦੇ ਆ ਜਾਂ ਸ਼ਿਜ਼ਾਮ ਕਰਦੇ ਆ ਲੋਕੀ ਬੋਲਦੇ ਆ ਕਿ ਹਾਂ ਕਿ ਆਹ ਕਿਹਦਾ ਗਾਣਾ ਹੈ ਪਰ ਇਹ ਉਸ ਤੇ ਤਾਂ ਕੁਝ ਵੀ ਚੱਲ ਰਿਹਾ ਮਤਲਬ ਮਤਲਬ ਪਹਿਲੇ ਵਾਲਾ ਟਾਈਮ ਜ਼ਿਆਦਾ ਵਧੀਆ ਸੀ ਹੁਣ ਹੁਣ ਨਾਲ ਬਲੀਨ ਟਾਈਮ ਨਹੀ ਟਾਈਮ ਨਾ ਸਾਰਾ ਕੁਝ ਚਲੋ ਚੇਂਜ ਹੁੰਦਾ ਆ ਮਤਲਬ ਜ਼ਰੂਰੀ ਹੁੰਦਾ ਸਾਰਾ ਕੁਝ ਕੀ ਹਾਂ ਬਦਲਾ ਆਉਂਦਾ ਆ ਉਹ ਪਹਿਲੇ ਵਾਲਾ ਪਹਿਲੇ ਵਾਲੀ ਸਹੀ ਸੀਗਾ ਹੁਣ ਹੁਣ ਸਹੀ ਆ ਮਤਲਬ ਸਾਰਾ ਕੁਝ ਚੱਲੀ ਜਾਣਾ ਤੇ ਅੰਗਦ ਅਲੀਵਾਲ ਅਲੀਵਾਲ ਪਿੱਛੇ ਕਿਵੇਂ ਲੱਗਿਆ ਨਾਮ ਦੀ ਅਲੀਵਾਲ ਮੇਰਾ ਪਿੰਡ ਆ ਅੱਛਾ ਹਾਂਜੀ ਡਿਸਟ੍ਰਿਕਟ ਗੁਰਦਾਸਪੁਰ ਚ ਬਟਾਲੇ ਦੇ ਕੋਲ ਨਹਿਰਾ ਵਾਲਾ ਪਿੰਡ ਆ ਅਲੀਵਾਲ ਤੇ ਬਸ ਉਹ ਨਾਮ ਦੇ ਪਿੱਛੇ ਲਾਇਆ ਮੈਨੂੰ ਮਤਲਬ ਕਿ ਵਧੀਆ ਲੱਗਦਾ ਕਿ ਹਾਂ ਜਦੋਂ ਕੋਈ ਮੇਰੇ ਪਿੰਡ ਦੀ ਗੱਲ ਕਰਦਾ ਤੇ ਮੈਂ ਜਿੱਥੇ ਜਾਣਾ ਮਤਲਬ ਪਿੰਡ ਦੀ ਗੱਲ ਹੁੰਦੀ ਹੁੰਦੀ ਲੋਕੀ ਪਿਆਰ ਦਿੰਦੇ ਨਾਮ ਬਹੁਤ ਜ਼ਿਆਦਾ ਪਿਆਰ ਦਿੰਦੇ ਮੈਨੂੰ ਵੀ ਐਂ ਲੱਗਦਾ ਕਿ ਸ਼ਾਇਦ ਮੇਰੇ ਪਿੰਡ ਦੇ ਪੈਰਾਂ ਪਿੱਛੇ ਜਾਂ ਮੇਰੇ ਪਿੰਡ ਵਾਲਿਆਂ ਕਰਕੇ ਜਿਹੜੇ ਪਿੱਛੋਂ ਦਵਾਵਾ ਭੇਜਦੇ ਆ ਜਾਂ ਬੜਾ ਵਧੀਆ ਲੱਗਦਾ ਇਹ ਪਿੰਡ ਜਾਣਾ ਜਦੋਂ ਕਈ ਮਿਲਦੇ ਨੇ ਸਾਰੇ ਜਣੇ ਕਿ ਹਾਂ ਯਾਰ ਵਧੀਆ ਕਰੀ ਜਾਂਦਾ ਜੋ ਕਰਦੇ ਉਹ ਵਧੀਆ ਲੱਗਦਾ ਹੁਣ ਸਿੰਗਰ ਬਣ ਕੇ ਜਦੋਂ ਪਿੰਡ ਚੋਂ ਆਏ ਸੀਗੇ ਇੱਥੇ ਇੰਡਸਟਰੀ ਵਿੱਚ ਹੁਣ ਪਿੰਡ ਜਾਣੇ ਉਹ ਕੀ ਫਰਕ ਹੈ ਪਿੰ ਵਧੀਆ ਹੁੰਦਾ ਉਹਨਾਂ ਦੀ ਮਤਲਬ ਅੱਖਾਂ 'ਚ ਖੁਸ਼ੀ ਜੀ ਹੁੰਦੀ ਹੈ ਵੇਖਣ ਜਦੋਂ ਕੋਈ ਗਲੀ 'ਚ ਮਿਲਦਾ ਹੈ ਜਾਂ ਉਹ ਕੋਈ ਮਿਲਦਾ ਤੇ ਵਧੀਆ ਲੱਗਦਾ ਜਦੋਂ ਸ਼ਾਬਾਸ਼ੀ ਦਿੰਦੇ ਹੈ ਕਿ ਹਾਂ ਵੀ ਵਧੀਆ ਤਰ੍ਹਾਂ ਗਾਣਾ ਸੁਣਿਆ ਸੀ ਜਦੋਂ ਪਿੰਡ 'ਚ ਕੋਈ ਮੈਨੂੰ ਵੀ ਕੋਈ ਉਮੀਦ ਨਹੀਂ ਹੁੰਦੀ ਸਾਨੂੰ ਕਿਸੇ ਨੂੰ ਉਮੀਦ ਨਹੀਂ ਹੁੰਦੀ ਕਿ ਸਾਨੂੰ ਪਿੰਡ 'ਚੋਂ ਸਾਡੀ ਕੋਈ ਤਾਰੀਫ਼ ਕਰੇ ਸਿਰਫ ਉਹ ਸਾਨੂੰ ਇੰਨਾ ਕਹਿ ਹੀ ਦਵੇਂ ਨਾ ਕਿ ਹਾਂ ਤੇਰਾ ਮੈਂ ਗਾਣਾ ਵੇਖੋ ਐ ਲੱਗਦਾ ਕਿ ਯਾਰ ਕਿਆ ਹੀ ਬਾਤ ਆ ਯਾਰ ਸਫਲ ਹੋ ਗਏ ਗਾਇਕੀ ਹੋਰ ਹੋਰ ਮਤਲਬ ਪਿੰਡ ਪਿੰਡ ਵਾਲਿਆਂ ਨੇ ਸੁਣ ਲਿਆ ਓਕੇ ਆ ਮਤਲਬ ਪੇਰੈਂਟਸ ਦਾ ਕੀ ਰਿਐਕਸ਼ਨ ਹੈ ਅੱਜ ਕਿ ਸਾਡਾ ਮੁੰਡਾ ਸ ਤੋ ਉਹਦੇ ਇਹੀ ਕਹਿੰਦੇ ਸੀਗੇ ਵੀ ਓਕੇ ਕਰੀ ਜਾ ਜੋ ਕਰਨਾ ਆ ਤੇ ਉਹਨਾਂ ਲਈ ਰਾਹ ਸਹੀ ਸੀਗੇ ਸਾਡੇ ਜਦੋਂ ਪਹਿਲਾ ਗੀਤ ਕੀਤਾ ਸੀ ਉਹਨਾਂ ਨੂੰ ਪਤਾ ਸੀ ਨਹੀਂ ਉਦੋਂ ਤਾਂ ਮੈਨੂੰ ਨਹੀਂ ਸੀ ਪਤਾ ਉਹਨਾਂ ਨੂੰ ਤੇ ਕੀ ਪਤਾ ਲੱਗਣਾ ਸੀ ਉਦੋਂ ਗਾਣਾ ਇਹ ਫਿਲਮ ਮੂਵੀ ਚ ਸੀਗਾ ਤੁਹਾਨੂੰ ਦੱਸਿਆ ਨਾ ਪਹਿਲਾ ਗਾਣਾ ਮੈਂ ਤੇ ਉਹ ਗਾਣਾ ਜਦੋਂ ਮਤਲਬ ਉਸ ਤੋਂ ਬਾਅਦ ਫਿਲਮ ਚੱਲ ਗਈ ਉਸ ਤੋਂ ਬਾਅਦ ਸਾਡਾ ਪਲਾਨ ਬਣਾ ਕੇ ਚੱਲ ਵੀਡੀਓ ਕਰ ਲੈਨੇ ਗਾਣਾ ਵਧੀਆ ਸੀਗਾ ਤੋ ਗਾਣਾ ਗੁਣਾ ਕਰਕੇ ਜਦੋਂ ਵੀਡੀਓ ਕੀਤੀ ਆ ਉਸ ਤੋਂ ਬਾਅਦ ਮੈਸੇਜ ਕਮੈਂਟ ਆਉਣੇ ਸ਼ੁਰੂ ਹੋ ਗਏ ਵਧੀਆ ਫਿਰ ਉਹ ਮਤਲਬ ਕਿ ਵਧੀਆ ਲੱਗਣ ਲੱਗਾ ਕਿ ਹਾਂਗੇ ਚਲੋ ਜਦੋਂ ਆਪਾਂ ਸਿੰਗਰ ਨਹੀਂ ਬਣੇ ਤੁਸੀਂ ਤਾਂ ਉਦੋਂ ਪਿੰਡ 'ਚ ਰਹਿੰਦੇ ਸੀਗੇ ਕਿ ਉਦੋਂ ਵੀ ਪਿੰਡ ਵਾਲੇ ਘਰਦਿਆਂ ਨੂੰ ਇੱਕ ਟੌਂਟ ਮਾਰਦੇ ਹੁੰਦੇ ਕਿ ਜਦੋਂ ਤੁਸੀਂ ਗਾਇਕੀ ਚਾਹੀ ਕੇ ਕਿਹੜੇ ਰਾ ਮੁੰਡਾ ਪਾਤਾ ਤੇ ਅੱਜ ਉਹ ਪਿੰਡ ਵਾਲੇ ਕੀ ਕਹਿੰਦੇ ਆ ਹਾਂ ਇਦਾਂ ਦੇ ਬਹੁਤ ਹੁੰਦੇ ਨੇ ਮਤਲਬ ਪਰ ਉਹ ਚਲੋ ਮੈਂ ਥੈਂਕ ਯੂ ਕਰਦਾ ਆਪਣੇ ਘਰ ਘਰਦਿਆਂ ਦਾ ਜਿਨ੍ਹਾਂ ਨੇ ਸੁਣੀ ਨਹੀਂ ਇਹ ਗੱਲਾਂ ਲੋਕਾਂ ਦੀ ਤੇ ਮੈਂ ਸਾਰਿਆਂ ਦੇ ਪੇਰੈਂਟਸ ਨੂੰ ਇਹੀ ਕਹਿਣਾ ਚਾਹੁੰਦਾ ਕਿ ਯਾਰ ਵੀ ਜੋ ਤੁਹਾਡਾ ਬੱਚਾ ਕਰਦਾ ਉਹਨੂੰ ਕਰਨ ਦਿਓ ਤੇ ਮਤਲਬ ਕਈਆਂ ਨੂੰ ਐਵੇਂ ਬਹੁਤ ਫਿਕਰ ਹੁੰਦੀ ਆ ਹੂੰ ਆਣਾ ਮਤਲਬ ਕਿ ਉਹਨਾਂ ਨੂੰ ਨਜਾਇਜ਼ ਹੀ ਫਿਕਰ ਹੁੰਦੀ ਆ ਕਿ ਇਹਨੂੰ ਕਿਹੜੇ ਰਾਏ ਪਾਤਾ ਆਪਾਂ ਕਿਸੇ ਦੇ ਦੇਨਦਾਰ ਨਹੀਂ ਆਪਾਂ ਆਪਣੇ ਮਾਪਿਓ ਦੇ ਦੇਨਦਾਰ ਆ ਜਿੰਦਾਂ ਨੇ ਸਾਨੂੰ ਐਡਾ ਕੀਤਾ ਸਾਨੂੰ ਸਿਰਫ ਉਹਨਾਂ ਦਾ ਫਰਕ ਪੈਣਾ ਚਾਹੀਦਾ ਕਿ ਉਹ ਕੀ ਸਾਡੇ ਬਾਰੇ ਸੋਚਦੇ ਕੋਈ ਕੀ ਸੋਚਦਾ ਕੋਈ ਕੋ ਸੋਚਣਾ ਹੀ ਨਹੀਂ ਚਾਹੀਦਾ ਨਾ ਮੈਂ ਸੋਚਿਆ ਤਾਂ ਨਾ ਮੇਰੇ ਘਰ ਦੇਣੇ ਸੋਚਿਆ ਉਹ ਇਹੀ ਕਹਿੰਦੇ ਰੇ ਵੀ ਕੋਈ ਚੱਕਰ ਨਹੀਂ ਤੂੰ ਕਾਰਜੋ ਕਰੰਦਿਆ ਅੰਗਦ ਕੀ ਸੋਚਦਾ ਹੈ ਜਿਹੜੇ ਲੋਕ ਨੈਗੇਟਿਵ ਬੋਲਦੇ ਐ ਕੁਝ ਪੋਜ਼ਿਟਿਵਸ ਵੀ ਹੈਗੇ ਐ ਪੋਜ਼ਿਟਿਵ ਨਾਲੋਂ ਬਾਅਦ ਦੇ ਲੋਕੀ ਨੈਗੇਟਿਵ ਬੋਲਦੇ ਐ ਅੰਗਦ ਉਹਨਾਂ ਬਾਰੇ ਕੀ ਸੋਚਦਾ ਮੈਂ ਉਹਨਾਂ ਬਾਰੇ ਬਹੁਤ ਵਧੀਆ ਸੋਚਦਾ ਹੂੰ ਕਿਉਂਕਿ ਉਹ ਤੁਹਾਡੀ ਜ਼ਿੰਦਗੀ ਚ ਬਹੁਤ ਅਹਿਮ ਕਿਰਦਾਰ ਨਿਭਾਰੇ ਹੁੰਦੇ ਬੰਦੇ ਹੂੰ ਕਿਉਂਕਿ ਉਹ ਬਹੁਤ ਜ਼ਰੂਰੀ ਹੁੰਦਾ ਜੇ ਤੁਸੀਂ ਅੱਗੇ ਵਧਣਾ ਜੇ ਉਹ ਨਹੀਂ ਹੋਣਗੇ ਨਾ ਤੁਸੀਂ ਉੱਥੇ ਖੜ੍ਹਜੋਗੇ ਤੁਹਾਨੂੰ ਮਤਲਬ ਇਹ ਲੱਗਣ ਲੱਗ ਜੂ ਖੁਦ ਤੇ ਡੱਡੂ ਬਣ ਜੂਗੇ ਤੁਸੀਂ ਕਿ ਜਿੰਨਾ ਕਿ ਚੱਲ ਰਿਹਾ ਐ ਉਹਨਾਂ ਕੀ ਠੀਕ ਆ ਨੈਗੇਟਿਵਿਟੀ ਵਾਲੇ ਬਹੁਤ ਜ਼ਰੂਰੀ ਹੁੰਦੇ ਆ ਉਨਾਂ ਦਾ ਕੰਮ ਆ ਬੋਲਣਾ ਹਰ ਇੱਕ ਦਾ ਜਿੱਦਾਂ ਫਿਤਰਤ ਆ ਹੂੰ ਵਿੱਚੂ ਆ ਵਿੱਚੂ ਦੀ ਫਿਤਰਤ ਆ ਡੰਗ ਮਾਰਨਾ ਉਹਦਾ ਕੋਈ ਕਸੂਰ ਨਹੀਂ ਆ ਆਪਾਂ ਉਹਨੂੰ ਇਹ ਨਹੀਂ ਕਹ ਸਕਦੇ ਯਾਰ ਤੂੰ ਮੇਰੇ ਡੰਗ ਕਾ ਤੂੰ ਮਾਰਿਆ ਉਹਦੀ ਫਿਤਰਤ ਆ ਤੂੰ ਉਹਦੇ ਨੇੜੇ ਜਾਂਉਂਗਾ ਨੇ ਡੰਗ ਮਾਰਨਾ ਮਾਰਨਾ ਹਰ ਕਿਸੇ ਦੀ ਫਿਤਰਤ ਆ ਕਿਸੇ ਦਾ ਸੁਭਾਅ ਗੁੱਸਾ ਕਰਨਾ ਆ ਕਿਸੇ ਦਾ ਖੋਚ ਰਹਿਣਾ ਆ ਕੋਈ ਘਟਚ ਵੀ ਖੋਸ਼ ਆ ਤੇ ਕਈਆਂ ਨੇ ਫਲਾਉਣੀ ਨੈਗੇਟਿਵਿਟੀ ਆ ਅੰਗਰ ਤਾਂ ਉਹਨਾਂ ਨੂੰ ਵੀ ਪੋਜ਼ਿਟਿਵ ਦੇਖਦਾ ਹਾਂ 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 ਬਹੁਤ ਵਧੀਆ ਲੱਗਦਾ ਮੈਨੂੰ ਤਾਂ ਉਹਨਾਂ ਤਾਂ ਥੋੜੀ ਆ ਰੱਬ ਦੇ ਬਣਾਏ ਦੀ ਆ ਆਪਾਂ ਕਿਉਂ ਕੌਣ ਹੁੰਨੇ ਕਹਿਣ ਵਾਲੇ ਕਿ ਤੂੰ ਮਾ ਸਾਨੂੰ ਵੀ ਕਈ ਮਾੜੇ ਲੱਗਦੇ ਆ ਤੇ ਕੋਈ ਇੰਡਸਟਰੀ ਚ ਐਦਾਂ ਦਾ ਜਿਹਨੂੰ ਦੇਖ ਕੇ ਤੁਸੀਂ ਸੋਚਿਆ ਹੋਵੇ ਮੈਂ ਇਹਦੇ ਵਰਗਾ ਬੰਨਾ ਹ ਉਹਦਾ ਇਹ ਸਟਾਈਲ ਪਸੰਦ ਦਾ ਇੰਡਸਟਰੀ ਵਿੱਚ ਨਹੀਂ ਮੈਂ ਨਹੀਂ ਕੋਈ ਸੋਚਾਂ ਇੰਡਸਟਰੀ ਨਹੀਂ ਮੈਂ ਆਪਣੇ ਵਰਗਾ ਹੀ ਬੰਨਾ ਕੋਈ ਹੈਗਾ ਜਿਹਦੇ ਨਾਲ ਕੰਮ ਕਰਨ ਦੀ ਗਰੀਜ ਹੈਗੀ ਦੀ ਹਾਂ ਐਂ ਤਾਂ ਬੜੇ ਆਰਟਿਸਟ ਨੇ ਜਿਨ੍ਹਾਂ ਨਾਲ ਕੰਮ ਕਰਨ ਦੀ ਜਿਆ ਜਹਾਨੀ ਸਿੰਘ ਭਾਈ ਆ ਉਹਨਾਂ ਨਾਲ ਕਰੂੰਗਾ ਮਤਲਬ ਮਾਨੂੰ ਵਧੀਆ ਲੱਗਦੇ ਆ ਹਾਨੀ ਸਿੰਘ ਕਿਉਂ ਵਧੀਆ ਲੱਗਦੇ ਹੁੰਦੇ ਸੀ ਕਿਉਂਕਿ ਉਦੋਂ ਪੰਜਾਬੀ 뮤직 ਨੂੰ ਕੋਈ ਨਹੀਂ ਸੀ ਜਾਣਦਾ ਤੇ ਇਹ ਸੱਚ ਆ ਹੂੰ ਕਿਉਂਕਿ ਆਪਾਂ ਉਹ ਸੁਣਦੇ ਸੀ ਸਾਨੂੰ ਲੱਗਦਾ ਸੀ ਪੰਜਾਬ 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 ਹੀ ਆ ਆਪਾਂ ਉਹ ਗਾਣੇ ਸੁਣਦੇ ਸੀ ਪਰ ਪੰਜਾਬੀ ਮਿਊਜ਼ਿਕ ਨੂੰ ਤੁਸੀਂ ਬਾਲੀਵੁੱਡ ਚ ਲੈ ਕੇ ਜਾਣਾ ਉਹ ਜਿਹੜਾ ਤਾਂ ਲੈ ਕੇ ਗਿਆ ਜਾਂ ਜਿਹੜਾ ਇਸ ਫੀਲਡ ਚ ਆ ਉਹ ਹੀ ਸਮਝ ਸਕਦਾ ਲੋਕਾਂ ਵਾਸਤੇ ਤਾਂ ਉਹ ਐ ਆ ਕਿ ਕਿੱਡੀ ਗੱਲ ਹੋ ਗਈ ਕਿਤੇ ਪਰ ਉਹ ਬਹੁਤ ਵੱਡੀ ਗੱਲ ਹੋ ਗਈ ਮਤਲਬ ਤੁਸੀਂ ਆਪਣੀ ਲੈਂਗੁਏਜ ਨੂੰ ਤੇ ਅੱਜ ਹਰ ਇੱਕ ਬਾਲੀਵੁੱਡ ਮੂਵੀ ਚ ਤੁਹਾਡਾ ਇੱਕ ਪੰਜਾਬੀ ਗਾਣਾ ਹੁੰਦਾ ਹੈ ਸਾਡਾ ਹੂੰ ਤੇ ਉਹ ਬੜੀ ਵੱਡੀ ਗੱਲ ਆ ਉਹਨਾਂ ਦੀ ਕਿਤੇ ਨਾ ਕਿਤੇ ਬਹੁਤ ਵੱਡੀ ਦੇਣ ਆ ਚਾਹੇ ਉਨਾਂ ਬਾਰੇ ਕੋਈ ਵੀ ਕੁਝ ਲੋਕ ਕਹੀ ਜਾਣ ਹੁਣ ਲੋਕ ਬੋਲਦੇ ਨੇ ਚਲੋ ਮੈਂ ਗੱਲ ਕਰਨੀ ਨਹੀਂ ਸੀ ਚਾਹੁੰਦਾ ਚਲੋ ਗੱਲਾਂ ਹੋ ਗਈਆਂ ਕਿ ਲੋਕੀ ਆਪਾਂ ਕਹਿੰਦੇ ਆ ਕਿ ਯਾਰ ਬੱਚਿਆਂ ਵਾਸਤੇ ਉਹਦਾ ਮਿਊਜ਼ਿਕ ਨਹੀਂ ਸਹੀ ਜਿਹਾ ਐਮ ਆ ਯਾਰ ਸਿੱਧੂ ਨੂੰ ਵੀ ਲੋਕ ਕੀ ਆ ਕਹਿੰਦੇ ਸੀਗੇ ਹੂੰ ਕਿ ਸਾਰੇ ਬੱਚੇ ਹਥਿਆਰਾਂ ਦੇ ਲਾਤੇ ਐ ਕਰਤਾ ਉਹ ਕਰਤਾ ਯਾਰ ਉਹਦੇ ਜਾਣ ਤੋਂ ਬਾਅਦ ਹੀਰੋ ਬਣ ਗਿਆ ਅੱਜੋ ਇਹ ਲੋਕੀ ਫੈਨ ਮੈਂ ਉਹੀ ਗੱਲ ਕਹਿੰਦਾ ਆ ਕਿ ਆਪਾਂ ਜਿਉਂਦੇ ਜੀ ਕਿਉਂ ਨਹੀਂ ਕਿਸੇ ਨੂੰ ਮਾਫ ਕਰਦੇ ਜਾਂ ਜਿਉਂਦੇ ਜੀ ਆਪਾਂ ਕਿਸੇ ਨੂੰ ਪਿਆਰ ਕਿਉਂ ਨਹੀਂ ਕਰਦੇ ਹੂੰ ਉਹਦੇ ਮਰਨ ਤੋਂ ਬਾਅਦ ਕਾਹਤੋਂ ਪਿਆਰ ਆ ਜਾਂਦਾ ਹੂੰ ਦੀਪ ਸਿੱਧੂ ਸੀਗਾ ਦੀਪ ਸਿੱਧੂ ਗੱਦਾਰ ਦੀਪ ਸਿੱਧੂ ਐਂ ਦੀਪ ਸਿੱਧੂ ਆ ਦੀਪ ਸਿੱਧੂ ਅੱਜ ਹੀਰੋ ਆ ਟਰੈਕਟਰਾਂ ਟਰਾਲੀਆਂ ਤੇ ਵੱਡੇ ਵੱਡੇ ਸਟicker ਲੱਗੇ ਹੁਣ ਦੀਪ ਸਿੱਧੂ ਵੇਖਣ ਦਿਆ ਯਾਰ ਨਾ ਸਿੱਧੂ ਵੇਖਣ ਦਿਆ ਬਿਲਕੁਲ ਆਪਾਂ ਜਿਉਂਦੇ ਜੀ ਜਿਹੜੇ ਸਭ ਬੰਦੇ ਹੁੰਦੇ ਆ ਆਪਾਂ ਉਹਨਾਂ ਨੂੰ ਐਪਰੀਸ਼ੀਏਟ ਕਿਉਂ ਨਹੀਂ ਕਰਦੇ ਜਦੋਂ ਆਪਾਂ ਤੁਸੀਂ ਗੱਲ ਨੋਟ ਕਰਿਓ ਜਦੋਂ ਆਪਾਂ ਸਟੇਜ ਤੇ ਖੜ ਕੇ ਗਾਉਨੇ ਆ ਨਾ ਸਾਡੇ ਸਿਰ ਤੇ ਪੱਗ ਗਿਆ ਆਪਾਂ ਕੁਛ ਵੀ ਬੋਲ ਰਹੇ ਆ ਕੁਛ ਵੀ ਗਾ ਰਹੇ ਆ ਉਥੋਂ ਆਪਾਂ ਆਪਣਾ ਟੈਲੈਂਟ ਨਹੀਂ ਵਿਖਾ ਰਹੇ ਆਪਾਂ ਆਪਣੀ ਸਟੇਟ ਨੂੰ ਰਿਪਰੈਜ਼ੈਂਟ ਕਰ ਰਹੇ ਆਪਾਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਆ ਉੱਥੇ ਕਿ ਹਾਂ ਆ ਬੰਦਾ ਕੁਝ ਬੋਲ ਰਿਹਾ ਪਰ ਆਪਣੇ ਲੋਕ ਇਹ ਸਮਝਦਾ ਕਿ ਯਾਰ ਆਪਣੀ ਹਵਾ ਕਰਦਾ ਜਾਂ ਆਪਣੀ ਚੜ੍ਹਾਈ ਲਿਆ ਬੋਲੀ ਜਾਂਦਾ ਦਿਲਜੀਤ ਨੇ ਕਿਹਾ ਹਣ ਕੋ ਚੇਲਾ ਵਿੱਚ ਰਿਪਰੈਜ਼ੈਂਟ ਪੂਰੇ ਪੰਜਾਬ ਬਹੁਤ ਵੱਡੀ ਗੱਲ ਆ ਉਹ ਕਿਉਂਕਿ ਕੋ ਚੇਲਾ ਵਰਗਾ ਫੈਸਟੀਵਲ ਤਾਂ ਮੇਰੇ ਹਿਸਾਬ ਨਾਲ ਪੰਜਾਬ ਚ ਅੱਧਿਆਂ ਤੋਂ ਵੱਧ ਪਤਾ ਵੀ ਨਹੀਂ ਹੋਣਾ ਕਿ ਕੋ ਚੇਲਾ ਵਰਗਾ ਕੋਈ ਫੈਸਟੀਵਲ ਸੀਗਾ ਠੀਕ ਆ ਉਹ ਤੇ ਜਿਹੜੇ ਇੰਡਸਟਰੀ ਚ ਉਹਨਾਂ ਨੂੰ ਪਤਾ ਤੇ ਉੱਥੇ ਕਿੱਦਾਂ ਪਹੁੰਚਿਆ ਉਹ ਕਿੱਡਾ ਸਫਰ ਆ ਉਹਦਾ ਕਦੋਂ ਦੀ ਕਦੋਂ ਦੇ ਚੱਲੇ ਪਏ ਜਦੋਂ ਆਪਾਂ ਮੇਰੇ ਨਾਲ ਛੋਟੇ ਛੋਟੇ ਹੁੰਦੇ ਸੀਗੇ ਇੱਕ ਸਫ਼ਰ ਮਾਇਨੇ ਰੱਖਦਾ ਤੇ ਉਹ ਸਫ਼ਰ ਕਿਸੇ ਨੂੰ ਕਦੀ ਵੀ ਨਹੀਂ ਦਿਖਦਾ ਤੁਹਾਡਾ ਹਰ ਇੱਕ ਨੂੰ ਸਿਰਫ ਉਹ ਦਿਨ ਦਿਖਦਾ ਜਦੋਂ ਤੁਸੀਂ ਸਟੇਜ ਤੇ ਹੁੰਦੇ ਹੋ ਜਾਂ ਤੁਸੀਂ ਕੋਈ ਇੰਟਰਵਿਊ ਕਰ ਰਹੇ ਹੁੰਦੇ ਕੋਈ ਅੱਛਾ ਯਾਰ ਬੰਦਾ ਕਿੱਥੇ ਪਹੁੰਚ ਗਿਆ ਉਹ ਬੰਦਾ ਕਿੱਥੇ ਪਹੁੰਚ ਗਿਆ ਨਹੀਂ ਬੰਦਾ ਕਿੱਦਾਂ ਪਹੁੰਚ ਗਿਆ ਉਹ ਮਾਇਨੇ ਰੱਖਦੀ ਹੈ ਚੀਜ਼ ਤੁਸੀਂ ਦਿਲਜੀਤ ਦੇ ਸਫ਼ਰ ਤੋਂ ਕੀ ਦੇਖਦੇ ਹੋ ਉਹਨੂੰ ਜਿਹੜਾ ਦਿਲਜੀਤ ਦਾ ਸਫ਼ਰ ਹੈ ਮੈਂ ਦਿਲਜੀਤ ਭਾਈ ਦੇ ਸਫ਼ਰ ਤੋਂ ਇਹ ਵੇਖਦਾ ਹਾਂ ਕਿ ਰੁਕਣਾ ਨਹੀਂ ਹੂੰ ਬਸ ਸਿੰਪਲ ਦੀ ਗੱਲ ਹੈ ਤੇ ਮੇਰੇ ਹਿਸਾਬ ਨਾਲ ਸਾਨੂੰ ਵੀ ਮਹਾਰਾਜ ਨੇ ਇਹੀ ਕਿਹਾ ਕਿ ਰੁਕਣਾ ਨਹੀਂ ਬਸ ਕੀ ਘੁੰਮੋ ਫਿਰੋ ਖੋਜ ਕਰੋ ਆਪਣੇ ਆਪ ਨੂੰ ਲੱਭੋ ਆਪਣੇ ਮਿਊਜ਼ਿਕ ਨੂੰ ਲੱਭੋ ਤੇ ਸਿੱਧੂ ਦੀ ਕਲਮ ਕਿਵੇਂ ਦੀ ਲੱਗਦੀ ਸੀ ਤੁਹਾਨੂੰ ਬਹੁਤ ਵਧੀਆ ਕਲਮ ਸੀਗੀ ਉਹਦੀ ਮਤਲਬ ਕਿ એનર્ਜੀ ਮਿਲਦੀ ਸੀਗੀ ਉਦੋਂ ਤਾਂ ਮਤਲਬ ਕਿ ਉਹਦੀ ਕਲਮ ਹਰ ਇੱਕ ਨੂੰ ਅਸਲ 'ਚ ਵਧੀਆ ਲੱਗਦੀ ਸੀ ਕੋਈ ਮੰਨੇ ਨਾ ਮੰਨੇ ਜਿੰਨਾਂ ਨੂੰ ਨਹੀਂ ਵੀ ਲੱਗਦੀ ਸੀ ਉਹਨਾਂ ਨੂੰ ਹੁਣ ਲੱਗਦੀ ਉਹ ਇੰਟਰਵਿਊ 'ਚ ਨਾ ਨਾ ਉਦੋਂ ਵੀ ਲੱਗਦੀ ਸੀ ਜਿਵੇਂ ਉਹ ਹੀ ਕਹਿ ਰਹੇ ਆ ਗੱਲ ਮੰਨਣ ਦਾ ਮੰਨਣ ਦੀ ਹੁੰਦੀ ਆ ਉਦੋਂ ਮੰਨਦੇ ਨਹੀਂ ਸੀਗੇ ਹੁਣ ਉਹਨਾਂ ਨੂੰ ਮੇਰੇ ਹਿਸਾਬ ਨਾਲ ਜਾਂ ਉਹ ਮੰਨਣਾ ਪੈਂਦਾ ਕਿ ਚੱਲ ਹੁਣ ਕਿਹੜਾ ਉਹ ਵੇਖਣ ਦੇ ਆ ਜਾਂ ਕੁਝ ਵੀ ਹਰ ਇੱਕ ਨੇ ਰੋਟੀਆਂ ਸੇਕੀਆਂ ਯਾਰ ਇੱਥੇ ਹਰ ਕੋਈ ਰੋਟੀਆਂ ਸੇਕਦਾ ਆਪਣੀਆਂ ਤੁਸੀਂ ਮਿਲੇ ਸੀ ਕਦੀ ਸਿੱਧੂ ਨੂੰ ਹਾਂਜੀ ਹਾਂਜੀ ਮੈਂ 2-3 ਵਾਰ ਮਿਲਿਆ ਕਿਵੇਂ ਦਾ ਸੁਭਾਅ ਸੀ ਉਹਦਾ ਉਹਦਾ ਬਹੁਤ ਵਧੀਆ ਸੁਭਾਅ ਸੀਗਾ ਉਹਦਾ ਬਹੁਤ ਨਿਮਾਣਾ ਜਿਹਾ ਉਹ ਕਿ ਮਿਲਦਾ ਸੀਗਾ ਉਹ ਚ ਜੋ ਗਾਣਿਆ ਸੀਗਾ ਉਹ ਉਦਾਂ ਦਾ ਮਤਲਬ ਐਡੀ ਗੱਲਬਾਤ ਨਹੀਂ ਸੀਗੀ ਵੀ ਹਾਂ ਹਾਂ ਉਹਦੇ ਚ ਹੰਕਾਰ ਹੋਊਗਾ ਜਾਂ ਉਹ ਚ ਕੋਈ ਗੱਲਬਾਤ ਹੋਊਗੀ ਉਹ ਬਹੁਤ ਝੋਕੇ ਮਿਲਣ ਵਾਲਾ ਬੰਦਾ ਸੀਗਾ ਵਧੀਆ ਪਿਆਰ ਕਰਦਾ ਸੀਗਾ ਤੋਂ ਇਹਦਾਂ ਲੱਗਦਾ ਕਿ ਉਹ ਸਿੱਧੂ ਦੇ ਮਾਪੇ ਵੀ ਕਹਿੰਦੇ ਇੰਡਸਟਰੀ 'ਚ ਕੋਈ ਅੱਗੇ ਨਹੀਂ ਆਇਆ ਉਹਦੇ ਲਈ ਕਿ ਇੰਡਸਟਰੀ ਨੂੰ ਵੀ ਉਹਦੇ ਲਈ ਅੱਗੇ ਆਣਾ ਚਾਹੀਦਾ ਸੀਗਾ ਨਹੀਂ ਅੱਗੇ ਹੀ ਆਪਾਂ ਤਾਂ ਸਾਰੇ ਜਣੇ ਅੱਗੇ ਹੀ ਨੇ ਗੱਲ ਅੱਗੇ ਉਹਦੀ ਨਹੀਂ ਗੱਲ ਇਹ ਹੈਗੀ ਉਹਨਾਂ ਸਾਫ਼ਲੀ ਬੋਲਣਾ ਚਾਹੀਦਾ ਇਨਸਾਫ਼ ਲਈ ਸਾਰੇ ਬੋਲ ਰਹੇ ਨੇ ਹਰ ਕੋਈ ਬੰਦਾ ਬੋਲਿਆ ਆਪਾਂ ਤੇ ਅੱਜ ਵੀ ਕਿੰਨੇ ਆ ਯਾਰ ਸਾਡੇ ਮਾਪੇ ਉਹਨੇ ਸਾਡੇ ਸਾਡੇ ਨਾਲ ਵੀ ਇਹੋ ਜਿਹਾ ਹਾਦਸਾ ਹੋ ਸਕਦਾ ਸਾਡੇ ਮਾਪੇ ਉਹ ਵੀ ਐਂ ਪਾ ਸਕਦੇ ਆ ਆਪਾਂ ਸਾਰੇ ਨਾਲ ਚੱਕਰ ਬਸ ਇਹ ਆ ਕਿ ਆਪਾਂ ਚੁਣਿਆ ਕਿੰਨਾ ਨੂੰ ਆ ਤੇ ਆਪਾਂ ਹੱਕ ਮੰਗ ਕਿੰਨਾ ਤੋਂ ਰਹੇ ਆ ਕਿ ਕਿਸੇ ਦੀ ਵੀ ਹੱਥ 'ਚ ਕੁਛ ਨਹੀਂ ਹੈ ਨਾ ਗੱਲ ਤਾਂ ਮੇਨ ਆਇਆ ਵੀ ਆਪਾਂ ਹੱਕ ਵਾਸਤੇ ਖੜ੍ਹ ਸਕਦੇ ਆਂ ਬੋਲ ਸਕਦੇ ਆਂ ਪਰ ਆਪਾਂ ਜਿੰਨਾਂ ਨੂੰ ਹੱਕ ਲੈਣੇ ਆ ਉਹ ਸਾਡੇ ਲਈ ਬੋਲਣ ਫੇਰ ਸੁਵਾ ਦੇਣਾ ਅ ਅੱਜ ਕੱਲ ਦੀ ਕਲਮ ਇੱਦਾਂ ਦੀ ਹੈ ਕੋਈ ਵੀ ਗੀਤ ਲਿਖਦਾ ਤੁਸੀਂ ਕਿਵੇਂ ਗੀਤ ਲਿਖਦੇ ਹੋ ਕੀ ਸੋਚ ਕੇ ਆਪਣੇ ਜਜ਼ਬਾਤ ਗੀਤ 'ਚ ਬੰਦਦੇ ਹੋ ਮੇਰੇ ਹਿਸਾਬ ਨਾਲ ਤਾਂ ਗੀਤਾਂ 'ਚ ਜਜ਼ਬਾਤ ਹੀ ਹੋਣੇ ਚਾਹੀਦੇ ਬਾਕੀ ਕਿ ਅੱਜ ਕੱਲ ਬਹੁਤ ਗੀਤਾਂ ਵਿੱਚ ਘਾਟੀ ਜਜ਼ਬਾਤ ਦੇਖਣ ਨੂੰ ਮਿਲਦੇ ਆਂ ਉਹ ਬਸ ਐਂ ਮੈਂ ਨਾਲ ਬਾਰੇ ਕੁਛ ਕੀ ਕਵਾਂ ਹੁਣ ਠੀਕ ਹੈ ਤੇ ਤੁਹਾਡੀ ਉਹਨੇ ਹਾਲੀ ਵਿੱਚ EP ਵੀ ਰਿਲੀਜ਼ ਹੋਈ ਹੈ ਡਿਲੇ ਲਿਸਟ ਡਿਲੇ ਲਿਸਟ ਨਾਮ ਕੀ ਮਜ਼ਾ ਉਹਦਾ ਡਿਲੇ ਲਿਸਟ ਨਾਮ ਇਦਾਂ ਸੀ ਕਿ ਜਦੋਂ ਕਰਨ ਦਾ ਸੋਚਦੇ ਸਾਰੇ ਹਿਪ ਹੌਪ ਗਾਣੇ ਸੀਗੇ ਉਹ ਤੇ ਮਤਲਬ ਉਹ ਜਦੋਂ ਵੀ ਗਾਣਾ ਕਰਨ ਦਾ ਸੋਚਦੇ ਸੀਗਾ ਆਪਾਂ ਕਿ EP ਕਰਨੀ ਕਰਨੀ ਉਹ ਡਿਲੇ ਹੀ ਹੁੰਦੀ ਗਈ ਤੇ ਜਿੱਦਣ ਪਲਾਨ ਬਣਿਆ ਤੇ ਫਿਰ ਸੋਚਿਆ ਕਿ ਨਾਮ ਕੀ ਰੱਖੀਏ ਮੈਂ ਕਿਹਾ ਡਿਲੇ ਲਿਸਟ ਰੱਖ ਦੋ ਕਿ ਪਲੇ ਲਿਸਟ ਚੱਲ ਹੁੰਦੇ ਹੀ ਹੁੰਦਾ ਆ ਤੇ ਮੈਂ ਕਿਹਾ ਪਲੇ ਤੇ ਲਾਈਨ ਮਾਰੋ ਤੇ ਡਿਲੇ ਕਰ ਦੋ ਤੇ ਉਹਦੇ ਵਿੱਚ ਕੋਈ ਗੀਤ ਸੁਨਾਦਰ ਸੁਣੋ ਉਹ ਚੋ ਹਾਂਜੀ ਗਾਣਾ ਫਿੱਕੀਆਂ ਫਿੱਕੀਆਂ ਯਾਰੀਆਂ ਮਤਲਬ ਕੋ ਵੀ ਇਦਾਂ ਹੀ ਕਹਿੰਦਾ ਆਓ ਫਿੱਕੀਆਂ ਫਿੱਕੀਆਂ ਯਾਰੀਆਂ ਇੱਥੇ ਫਿੱਕੀਆਂ ਫਿੱਕੀਆਂ ਯਾਰੀਆਂ ਮੂੰਹ ਤੇ ਕਿੰਨੇ ਮਿੱਠੇ ਮਿੱਠੇ ਅੰਦਰੋਂ ਨੀਤਾ ਮਾੜੀਆਂ ਫਿੱਕੀਆਂ ਫਿੱਕੀਆਂ ਯਾਰੀਆਂ ਇੱਥੇ ਫਿੱਕੀਆਂ ਫਿੱਕੀਆਂ ਯਾਰੀਆਂ ਜੇਬ ਵਿੱਚ ਪੈਸਾ ਤੇ ਮੇਰਾ ਵੀਰ ਤੂੰ ਚੱਲ ਸਾਲਾ ਵੀਰ ਦਾ ਪੈਸੇ ਦਾ ਪੀਰ ਤੂੰ ਡਾਊਨ ਫਾਲਿਆ ਜਦੋਂ ਉਦੋਂ ਕਿੱਥੇ ਸੀ ਮੇਰਾ ਪਿਓ ਸੀ ਖਲੋਤਾ ਨਾਲ ਜਿਵੇਂ ਜਿੱਥੇ ਸੀ ਗੇਨ ਕੀਤਾ ਫੇਮ ਮੇਰਾ ਚੇਤਾ ਆ ਗਿਆ ਸੁਣਾਉਂਦਾ ਸੀ ਮੈਂ ਗਾਣੇ ਕਹਿੰਦੇ ਸਿਰ ਖਾ ਗਿਆ ਉਹੀ ਗਾਣੇ ਹੁਣ ਕਾਤੋਂ ਚੰਗੇ ਲੱਗਦੇ ਮੈਂ ਸੁਣਿਆ ਗੱਡੀ ਤੇਰੀ ਚ ਰਹਿੰਦੇ ਵੱਜਦੇ ਚੇਤੇ ਮੈਨੂੰ ਚੇਤੇ ਮੈਨੂੰ ਗੱਲਾਂ ਨੇ ਉਹ ਸਾਰੀਆਂ ਫਿੱਕੀਆਂ ਫਿੱਕੀਆਂ ਯਾਰੀਆਂ ਇੱਥੇ ਫਿੱਕੀਆਂ ਫਿੱਕੀਆਂ ਯਾਰੀਆਂ ਬਹੁਤ ਸੋਹਣਾ ਗੀਤ ਹੈ ਤੁਸੀਂ ਗੀਤ ਵਿੱਚ ਵੀ ਲਾਈਨਾਂ ਬੋਲਿਆ ਲੋਕਾਂ ਕਿਸੇ ਨੂੰ ਸੁਣਾਇਆ ਗੀਤ ਹਾਂਏ ਬੜੇ ਜਣਾ ਨੂੰ ਸੁਣਾਇਆ ਉਹਨਾਂ ਨੂੰ ਆਪੇ ਪਤਾ ਲੱਗ ਜਾਣਾ ਹੋਰ ਹੋਰ ਲੱਗ ਗਿਆ ਪਤਾ ਉਹਨਾਂ ਨੂੰ ਤਾਂ ਮਤਲਬ ਮੈਂ ਤਾਂ ਇਹੀ ਗੱਲ ਕਹਿਣਾ ਹੁੰਦਾ ਕਿ ਯਾਰ ਅੱਜ ਤੁਸੀਂ ਤੁਹਾਡੇ ਨਾਲ ਦੇ ਚਾਹੇ ਕੁਝ ਹੈਗੇ ਆ ਜਾਂ ਹੈ ਨਹੀਂ ਆ ਕਿਸੇ ਮਕਾਮ ਤੇ ਪਹੁੰਚੇ ਆ ਚਾਹੇ ਨਹੀਂ ਪਹੁੰਚੇ ਯਾਰ ਉਹਨਾਂ ਨੂੰ ਇਗਨੋਰ ਨਾ ਕਰੋ ਉਹਨਾਂ ਦਾ ਮਤਲਬ ਹੱਥ ਨਾ ਛੱਡੋ ਤੁਸੀਂ ਕਿ ਇੱਕ ਟਾਈਮ ਤੇ ਤੁਸੀਂ ਪਿੱਛੇ ਜਾ ਕੇ ਵੇਖ ਲਓ ਕੋਈ ਵੀ ਬੰਦਾ ਭੁੱਖਾ ਨਹੀਂ ਮਰਦਾ ਕੋਈ ਵੀ ਬੰਦਾ ਕੰਮ ਤੋਂ ਵਾਂਝਾ ਨਹੀਂ ਰਹਿੰਦਾ ਕਿਤੇ ਨਾ ਕਿਤੇ ਕੋਈ ਨਾ ਕੋਈ ਪਹੁੰਚ ਹੀ ਜਾਂਦਾ ਮਤਲਬ ਤੁਸੀਂ ਹਰ ਇੱਕ ਨੂੰ ਜੇ ਤੁਸੀਂ ਯਾਰ ਕਹਿ ਰਹੇ ਹੋ ਕਿਸੇ ਨੂੰ ਭਰਾ ਕਹਿ ਰਹੇ ਹੋ ਮਤਲਬ ਉਹ ਹੱਥ ਨਾ ਛੱਡੋ ਕਦੀ ਉਹਨਾਂ ਨਾਲ ਕਦੀ ਲੜੋ ਨਾ ਵੀ ਕੋਈ ਚੱਕਰ ਨਹੀਂ ਯਾਰ ਤੇਰੇ ਨਾਲ ਆ ਕੱਲ ਨੂੰ ਕਿਤੇ ਵੀ ਪਹੁੰਚੇ ਜਾਓ ਕੱਲ ਨੂੰ ਕੱਖ ਹੋਵੇ ਚਾਹੇ ਲੱਖ ਹੋਵੇ ਉਹ ਤਾਂ ਦਾ ਯਾਰ ਆ ਤੇ ਉਹਨਾਂ ਲਈ ਮਤਲਬ ਕਈ ਹੁਣ ਬਹੁਤ ਦੁਨੀਆਦਾਰੀ ਚ ਐ ਹੁੰਦਾ ਹੈ ਕਿ ਮੌਕਾ ਵੇਖ ਕੇ ਪਾਸਾ ਵੱਟ ਜਾਂਦੇ ਆ ਵੀ ਛੱਡ ਦੇਣੇ ਨਾਲ ਵੀ ਹੋ ਜਾਂਦਾ ਹੋਰ ਬਹੁਤ ਹੁੰਦਾ ਹੈ ਇਦਾਂ ਤਾਂ ਉਦੋਂ ਜਦੋਂ ਸਿੰਗਿੰਗ ਲਾਈਨ ਵਿੱਚ ਆਏ singing ਤੋਂ ਪਹਿਲਾਂ ਕੁਝ ਫਰੈਂਡਸ ਸੀਗੇ ਐਦਾਂ ਹੁੰਦਾ ਕਿ ਬਾਅਦ ਚ ਆ ਕੇ ਉਹ ਮਿਲਦੇ ਨੇ ਕਿ ਹਾਂ ਤੂੰ ਸਟਾਰ ਬਣ ਗਿਆ ਉਸ ਤੋਂ ਪਹਿਲਾਂ ਇਹ ਉਹਨਾਂ ਲਈ ਗਾਣਾ ਸੀਗਾ ਉਦੋਂ ਜਿਹੜੇ ਕਈ ਤਾਂ ਮੇਰੇ ਬਹੁਤ ਖਾਸ ਨੇ ਮਤਲਬ ਕਿ ਉਹ ਤਾਂ ਮੇਰੇ ਸ਼ੁਰੂ ਤੋਂ ਹੀ ਨਾਲ ਨੇ ਸਕੂਲ ਟਾਈਮ ਤੋਂ ਤੇ ਅੱਜ ਵੀ ਨਾਲ ਨੇ ਉਹ ਮਤਲਬ ਕਿ ਉਹਨਾਂ ਨੇ ਅਖੀਰ ਤੱਕ ਨਾਲ ਹੀ ਰਹਿਣਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਕੱਲ ਕੀ ਸੀਗਾ ਤੇ ਮੈਂ ਅੱਜ ਕੀ ਹਾਂ ਉਹਨਾਂ ਲਈ ਮੈਂ ਉਹੀ ਹਾਂ ਉਦਾਂ ਹੀ ਉਹਨਾਂ ਦਾ ਮੈਨੂੰ ਫੋਨ ਆਉਂਦਾ ਉਦਾਂ ਹੀ ਉਹ ਮੇਰੇ ਨਾਲ ਗੱਲ ਕਰਦੇ ਆ ਤੇ ਮਤਲਬ ਉਦਾਂ ਹੀ ਮੇਰੇ ਨਾਲ ਖੜਦੇ ਆ ਵੀ ਕੋਈ ਚੱਕਰ ਨਹੀਂ ਤੂੰ ਜੋ ਕਰਨਾ ਕਰ ਤੇਰੇ ਨਾਲ ਖੜੇ ਆ ਕੋਈ ਇਦਾਂ ਦਾ ਮੂਵਮੈਂਟ ਜਦੋਂ ਸਟੇਜ ਤੇ ਗਏ ਉਹ ਕੋਈ ਇਦਾਂ ਦਾ ਫੈਨ ਮੂਵਮੈਂਟ ਕਿਸੇ ਨੇ ਕੁਛ ਆ ਕੇ ਕਿਹਾ ਹੋਵੇ ਜਿਹੜਾ ਅੱਜ ਤੱਕ ਯਾਦ ਹੈ ਇਦਾਂ ਦਾ ਬਹੁਤ ਕੁਝ ਹੁੰਦਾ ਮੈਨੂੰ ਕੁਛ ਯਾਦ ਨਹੀਂ ਜਦੋਂ ਕਿਸੇ ਨੇ ਆ ਕੇ ਕਿਹਾ ਹੋਵੇ ਕਿ ਕੋਈ ਲਾਈਨ ਬੋਲੀ ਹੋਵੇ ਤਾਂ ਲੱਗਿਆ ਹੋਵੇ ਹਾਂ ਕਿ ਮੈਂ ਸਹੀ ਆਂ ਸਹੀ ਰਾਹ ਜਾ ਰਿਹਾ ਗਾਇਕੀ ਵਿੱਚ ਮੈਂ ਆ ਕੇ ਐਮਵੀ ਕਾਲਜ ਨਾ ਸ਼ੋਅ ਸੀਗਾ ਮੇਰਾ ਤੇ ਮੈਂ ਸਟੇਜ ਤੇ ਸੀ ਉੱਥੇ ਕੋਈ ਚੀਫ ਗੈਸਟ ਆਏ ਸੀਗੇ ਉਹ ਮੁੜ ਕੇ ਗਏ ਜਦੋਂ ਜਾਂਦੀ ਵਾਰ ਮੈਂ ਮਿਲਿਆ ਤੇ ਉਹ ਕਾਲਜ ਦੇ ਜਿਹੜੇ ਪ੍ਰਿੰਸੀਪਲ ਸੀਗੇ ਤੇ ਮੈਂ ਉਦੋਂ ਬਹੁਤ ਕਰਾਉਡ ਜਿਹਾ ਇਕੱਠਾ ਹੋ ਗਿਆ ਉਥੋਂ ਨਿਕਲ ਲੱਗਿਆ ਤੇ ਉਹ ਮਤਲਬ ਮੈਨੂੰ ਉਹਨਾਂ ਨੇ ਮਤਲਬ ਕਿ ਜੱਫੀ ਪਾਈ ਤੇ ਮੈਨੂੰ ਕਹਿੰਦੇ ਕਿ ਮੈਨੂੰ ਨਾ ਤੇਰੀ ਗਾਇਕੀ ਬਹੁਤ ਵਧੀਆ ਲੱਗੀ ਤੇ ਮੈਨੂੰ ਤੇਰੀ ਨਾ ਉਹ ਗੱਲ ਬੜੀ ਵਧੀਆ ਲੱਗੀ ਕਿ ਮਤਲਬ ਕਿ ਮਾਂ ਪਿਓ ਮੈਨੂੰ ਸਭ ਤੋਂ ਅੱਗੇ ਆ ਤੇ ਮੈਂ ਸ਼ਰਾਬ ਨਹੀਂ ਪੀਂਦਾ ਕਹਿੰਦੇ ਤੂੰ ਸਟੇਜ ਤੇ ਗੱਲ ਕਹੀ ਤੇ ਮੈਨੂੰ ਤੇਰੀ ਗੱਲ ਬਹੁਤ ਵਧੀਆ ਲੱਗੀ ਤੇ ਉਹ ਮਤਲਬ ਮੈਨੂੰ ਇਹੋ ਜਿਹੀ ਗੱਲਾਂ ਜਦੋਂ ਕੋਈ ਤੁਹਾਨੂੰ ਮਤਲਬ ਕਿ ਚਲੋ ਸਾਡੇ ਫੈਨਸ ਲਾ ਲਓ ਜਾਂ ਸਾਡੇ ਹਾਮੂ ਮਰ ਲਾ ਲਓ ਜਦੋਂ ਕਹਿੰਦੇ ਇੰਨਾ ਫਰਕ ਨਹੀਂ ਪੈਂਦਾ ਜਦੋਂ ਤੁਹ ਸਿਆਣਾ ਮਤਲਬ ਤੁਹਾਡੇ ਮਦਰ ਫਾਦਰ ਦੀ ਉਮਰ ਦਾ ਕੋਈ ਬੰਦਾ ਆ ਕੇ ਕਹੇ ਨਾ ਤਾਂ ਮੇਰੇ ਹਿਸਾਬ ਨਾਲ ਤੁਹਾਨੂੰ ਉਹ ਚੀਜ਼ ਬਹੁਤ ਵੱਡੀ ਲੱਗਦੀ ਆ ਤੁਹਾਨੂੰ ਮਤਲਬ ਚੰਗਾ ਲੱਗਦਾ ਜਦੋਂ ਤੁਸੀਂ ਨਵੇਂ ਆਏ ਐ ਲਾਈਨ ਵਿੱਚ ਤੁਹਾਨੂੰ ਕੀ ਕੀ ਫੇਸ ਕਰਨਾ ਪਿਆ ਉਸ ਟਾਈਮ ਇੰਡਸਟਰੀ ਵਿੱਚ ਆ ਕੇ ਫੇਸ ਤਾਂ ਸਾਰਾ ਕੁਝ ਬਹੁਤ ਕੁਝ ਕਰਨਾ ਪੈਦਾ ਸੀਗਾ ਉਸ ਟਾਈਮ ਮੇ ਹਾਂ ਹੁੰਦਾ ਸਟਰਗਲ ਤਾਂ ਚਲੋ ਹਰ ਇੱਕ ਨੂੰ ਕਰਨਾ ਹੀ ਪੈਂਦਾ ਕਿ ਹਰ ਇੱਕ ਨੂੰ ਮਿਲਣਾ ਪੈਂਦਾ ਤੁਹਾਨੂੰ ਦੱਸਣਾ ਪੈਂਦਾ ਕਿਉਂਕਿ ਜਿਹੜੇ ਲੇਬਲਸ ਹੁੰਦੇ ਆ ਸੌਰੀ ਹਣਾ ਮੈਂ ਕਹਿਣ ਲੱਗਿਆ ਤੇ ਕਿ ਉਹਨਾਂ ਨੂੰ ਮਤਲਬ ਕੰਟੈਂਟ ਨਾਲ ਕੋਈ ਖਾਸ ਫਰਕ ਨਹੀਂ ਪੈਂਦਾ ਕਿ ਤੁਹਾਡੀ ਚੀਜ਼ ਕੀ ਆ ਉਹਨਾਂ ਨੇ ਹਿੱਟ ਨੂੰ ਉਹ ਚੱਲੀ ਚੀਜ਼ ਨੂੰ ਹਿੱਟ ਕਹਿਣਗੇ ਕਿ ਆ ਐਦਾਂ ਦਾ ਸਾਨੂੰ ਗਾਣਾ ਬਣਾ ਕੇ ਦੋ ਮਜ਼ਾ ਤਾਂ ਆ ਕਿ ਜਦੋਂ ਕੋਈ ਅਨਰੀਲੀਜ਼ ਗਾਣੇ ਨੂੰ ਹਿੱਟ ਕਹਵੇ ਅਨਰੀਲੀਜ਼ ਚੀਜ਼ ਨੂੰ ਕੋਈ ਦੱਸੇ ਕਿ ਹਾਂ ਯਾਰ ਆ ਚੀਜ਼ ਚੱਲੂਗੀ ਆ ਚੀਜ਼ ਸੋਹਣੀ ਆ ਫਿਰ ਉਹ ਉਹ ਜ਼ਿਆਦਾ ਮਜ਼ਾ ਹੈ ਤੇ ਇਹੋ ਜਿਹੀ ਚੀਜ਼ਾਂ ਨੂੰ ਬਹੁਤ ਫੇਸ ਕਰਨਾ ਪੈਂਦਾ ਕਿ ਤੁਸੀਂ ਉਹਨਾਂ ਨੂੰ ਕੰਟੈਂਟ ਸੁਣਾਉਂਦੇ ਹੋ ਜਿਨ੍ਹਾਂ ਨੂੰ ਕੰਟੈਂਟ ਦਾ ਕੁਝ ਨਹੀਂ ਪਤਾ ਜਿਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਗਾਣਾ ਬਣਦਾ ਕਿੱਦਾਂ ਕਿਹੜੇ ਜਜ਼ਬਾਤਾਂ ਨਾਲ ਲਿਖਿਆ ਜਾਂਦਾ ਉਨ ਲਈ ਬਸ ਇਹ ਹੁੰਦਾ ਕਿ اچھا ਆ ਠੀਕ ਆ ਓਕੇ ਆ ਗਾਣਾ ਸੁਣ ਲਿਆ ਕਹਿੰਦਾ ਵਦਿਆ ਉਹਦੇ ਪਿੱਛੇ ਦੀ ਮਿਹਨਤ ਨਹੀਂ ਦੇਖਦੇ ਨਾ ਕੋਈ ਵੀ ਨਹੀਂ ਦੇਖਦਾ ਉਹ ਤਾਂ ਉਹਨੂੰ ਹੀ ਪਤਾ ਹੁੰਦਾ ਜਾਂ ਜਦੋਂ ਚੀਜ਼ ਚੱਲ ਜਾਂਦੀ ਹੈ ਜੋ ਲੋਕਾਂ ਤੱਕ ਪਹੁੰਚਦੀ ਹੈ ਬਾਕੀ ਆਡੀਅנס ਬਹੁਤ ਸਿਆਣੀ ਹੈ ਮੇਰੇ ਹਿਸਾਬ ਨਾਲ ਉਹ ਤੁਹਾਨੂੰ ਆਪੇ ਹੀ ਦੱਸ ਦਿੰਦੀ ਸਾਰਿਆਂ ਨੂੰ ਕਿ ਕੌਣ ਕਿੰਨੇ ਕ ਪਾਣੀ ਚ ਈਪੀ ਨੂੰ ਵਧੀਆ ਰਿਸਪੌਂਸ ਮਿਲ ਰਿਹਾ ਈਪੀ ਨੂੰ ਹਾਂਜੀ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਅੱਗੋਂ ਕੀ ਹੁਣ ਕੀ ਪ੍ਰੋਜੈਕਟਸ ਆ ਰਹੇ ਨੇ ਅੱਗੇ ਪ੍ਰੋਜੈਕਟਸ ਕਾਫੀ ਆ ਰਹੇ ਨੇ ਅਜ ਜਲੰਧਰ 2 ਦਾ ਵੀ ਪਲਾਨ ਆ ਹੋਰ ਵੀ ਗਾਣੇ ਉਹਦੀ ਧਾਨੀ ਸਿੰਘ ਨੂੰ ਵੀ ਵੇਟ ਹੋਣੀ ਹੈ ਦੇਖੋ ਮੈਨੂੰ ਪਤਾ ਨਹੀਂ ਸਰਪ੍ਰਾਈਜ਼ ਆ ਕੋਈ ਉਹ ਗਾਣਾ ਕਿਦਣਾ ਬੰਦਦਾ ਕਿਉਂਕਿ ਅਜ ਉਹ ਗਾਣਾ ਮੇਰੇ ਨਾਲ ਰਿਕਾਰਡ ਵੀ ਨਹੀਂ ਕੀਤਾ ਆਪਾਂ ਹੂੰ ਪੂਰਾ ਹੋ ਗਿਆ ਉਹ ਗੀਤ ਗਾਣਾ ਤੇ ਹਾਂਜੀ ਪੂਰਾ ਹੀ ਆ ਉਹ ਤੇ ਮਤਲਬ ਕੋ ਐਂਡ ਤੋਂ ਥੋੜਾ ਜਿਹਾ ਅਧੂਰਾ ਆ ਉਹ ਤੇ ਉਹ ਸਟਾਰਟਿੰਗ ਤੋਂ ਅਧੂਰਾ ਤੇ ਮੈਂ ਮੈਂ ਕਹਿਣਾ ਨਾ ਮੈਂ ਕੁਝ ਚੀਜ਼ਾਂ ਅਧੂਰੀਆਂ ਦੀ মুਵੀਜ਼ ਵਿੱਚ ਆਉਣ ਦਾ ਕੋਈ ਪਲਾਨ ਹੈਗਾ? ਅਜੇ ਤਾਂ ਕੋਈ ਪਲਾਨ ਨਹੀਂ। ਥੋੜੇ ਕੁ ਸਮੇਂ। ਥੋੜੇ ਕੁ ਸਮੇਂ। ਕੋਈ ਇਦਾਂ ਦੀ ਐਕਟ੍ਰੈਸ ਜੀ ਦੇ ਨਾਲ ਕੰਮ ਕਰਨਾ ਚਾਹਦੇ ਹੋ? ਅ ਨੀਰੂ ਬਾਜਵਾ। ਨੀਰੂ ਬਾਜਵਾ। ਹਾਂ ਇੱਕ ਐਕਟਰਸ ਆ ਆ ਨੀਰੇ ਮਦਰ ਕੁਲਰਾਜ ਰੰਧਾਵਾ ਤੇ ਮਤਲਬ ਮੇਰਾ ਬਹੁਤ ਮਨ ਆ ਉਹਨਾਂ ਨਾਲ ਕੰਮ ਕਰਨ ਦਾ। ਠੀਕ ਓਥੇ ਕਹਦਾ ਉਹਨਾਂ ਨੂੰ ਕੈਮਰੇ 'ਚ ਹੀ ਮਤਲਬ ਮੈਂ ਲਾ ਲਵਾਂਗੇ। ਮੈਂ ਉਹਨਾਂ ਨੂੰ ਇਹੀ ਕਹਿੰਦਾ ਕਿ ਮੈਮ ਜਦੋਂ ਮੈਂ ਸੱਚੀ মুਵੀ ਚਾਹੂੰਗਾ ਮਹਾਰਾਜ ਮੇਰ ਕਰੇ ਤਾਂ ਮੈਂ ਇੱਕ ਵਾਰੀ ਜ਼ਰੂਰ ਤੁਹਾਨੂੰ ਪੁੱਛੂਗਾ ਕਿ ਹਾਂ ਜੇ ਤੁਹਾਡਾ ਮਨ ਆ ਜਾਂ ਤੁਸੀਂ ਕਰਨਾ ਚਾਹੋ ਤੇ ਕਿ ਟੈ ਇੰਟਰਵਿਊ ਤੋਂ ਬਾਅਦ ਤੁਹਾਨੂੰ ਫੋਨ ਆ ਜਾ ਜਰੂਰ ਮੂਵੀ ਕਰੀ ਸੱਚੀ ਮੈਂ ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਪਿਆਰ ਕਰਦਾ ਮਤਲਬ ਉਹਨਾਂ ਦੇ ਕੰਮ ਨੂੰ ਤੇ ਮਤਲਬ ਕੀ ਇੱਦਾਂ ਦਾ ਕੀ ਵਧੀਆ ਲੱਗਦਾ ਉਹਨਾਂ 'ਚ ਯਾਰ ਉਹਦੀ ਐਕਟਿੰਗ ਸਕਿੱਲਸ ਬਹੁਤ ਵਧੀਆ ਨੇ ਮਤਲਬ ਕਈਆਂ ਦੀਆਂ ਕਈਆਂ ਨੂੰ ਕਹਿੰਦੇ ਨਾ ਐਕਟਿੰਗ ਕਰਨ ਦੀ ਲੋੜ ਨਹੀਂ ਪੈਂਦੀ ਅੱਖਾਂ ਬੋਲਦੀਆਂ ਨੇ ਤੇ ਉਹ ਐਕਟਰੈਸ ਨੇ ਮੇਰੇ ਹਿਸਾਬ ਨਾਲ ਤੇ ਮੈਨੂੰ ਪਤਾ ਨਹੀਂ ਉਹ ਕਿਉਂ ਨਹੀਂ ਹੁਣ ਮੂਵੀਜ਼ ਕਰ ਰਹੀ ਹਰ ਕਿਸੇ ਦੇ ਰੀਜ਼ਨਸ ਹੁੰਦੇ ਆ ਬੜੇ ਪਰ ਜਦੋਂ ਮੈਂ ਕਰੂੰਗਾ ਮੈਂ ਜ਼ਿੰਦਗੀ 'ਚ ਮੂਵੀ ਕਰਨੀ ਚਾਹੂੰਗਾ ਜ਼ਰੂਰ ਉਹਨਾਂ ਨਾਲ ਹਾਂ ਚਲੋ ਜਲਦੀ ਤਾਂ ਡੀਰੀ ਜੀ ਪੂਰੀ ਹੋ ਜਵੇ ਕੀ ਪਤਾ ਇੰਟਰਵਿਊ ਤੋਂ ਬਾਅਦ ਹੋ ਹੀ ਜਾਵੇ ਤੁਹਾਡੇ ਪੇਰੈਂਟਸ ਨਾਲ ਕੋਈ ਇਦਾਂ ਦਾ ਜਦੋਂ ਸਿੰਗਰ ਬਣ ਗਈ ਕੋਈ ਪੇਰੈਂਟਸ ਨਾਲ ਇਦਾਂ ਦਾ ਮੂਮੈਂਟ ਜੋ ਇਮੋਸ਼ਨਲ ਹੋਵੇ ਜੋ ਤੁਹਾਨੂੰ ਯਾਦ ਹੋਵੇ ਹਮੇਸ਼ਾ ਉਹਨਾਂ ਨਾਲ ਸਾਰੇ ਮੂਮੈਂਟਸ ਇਮੋਸ਼ਨਲ ਹੀ ਹੁੰਦੇ ਹੁੰਦੇ ਸ ਸ਼ੁਰੂ ਤੋਂ ਸੀਗਾ ਕਿ ਮੈਂ ਸਿੰਗਿੰਗ ਲਾਈਨ 'ਚ ਜਾਣਾ ਨਹੀਂ ਮੇਰਾ ਨਹੀਂ ਸੀਗਾ ਪਾਪਾ ਦਾ ਜ਼ਿਆਦਾ ਸੀਗਾ ਕਿ ਤੂੰ ਗਾਵੇਂ ਤੇ ਗਾਉਂਦਾ ਸੀਗਾ ਮੈਨੂੰ ਸਾਰੇ ਕਹਿੰਦੇ ਹੁੰਦੇ ਤੂੰ ਗਾਇਆ ਕਰ ਤੇਰੀ ਆਵਾਜ਼ ਸੋਹਣੀ ਆ ਪਰ ਮੇਰਾ ਨਹੀਂ ਸੀ ਮੈਨੂੰ ਫਿਲਮ ਮੇਕਿੰਗ ਦਾ क्रेਜ਼ ਜ਼ਿਆਦਾ ਹੁੰਦਾ ਸੀ ਉਹਨੇ ਹੀਗਾ ਕੈਮਰੇ ਦੇ ਪਿੱਛੇ ਰਹਿਣਾ ਮਤਲਬ ਫਿਲਮਾਂ ਸ਼ੂਟ ਕਰਨੀਆਂ ਮੈਂ ਲਿਖਦਾ ਜੇ ਵੀ ਸਟੋਰੀ ਕਿਵੇਂ ਆ ਗਿਆ ਅੱਗੇ ਸਿੰਗਿੰਗ ਚ ਬਸ ਜ਼ਿੰਦਗੀ ਚ ਤਮ ਦੱਸਿਆ ਜਿਹੜਾ ਹਲਜਲ ਹੋਣੀ ਜ਼ਰੂਰੀ ਹੁੰਦੀ ਆ ਲਾਈਫ ਚ ਉਹ ਫਿਰ ਜਦੋਂ ਥੋੜੀ ਜਿਹੀ ਹੋਈ ਫਿਰ ਮੈਂ ਕਿਹਾ ਕਿ ਹੁਣਾਂ ਕਿ ਗਾਉਣੇ ਆ ਫਿਰ ਅੱਗੇ ਪੇਰੈਂਟਸ ਨੂੰ ਅੱਜ ਪ੍ਰਾਊਡ ਐ ਹਾਂ ਬਿਲਕੁਲ ਪੂਰਾ ਜਾਂਦੇ ਆਪਦੇ ਘਰੇ ਹਾਂਜੀ ਹਾਂਜੀ ਮੈਂ ਚਲ ਜਾਨਾ ਪਿੰਡ ਉਹ ਹੀ ਦਾ ਪਿੰਡ ਵਾਲੇ ਤੁਹਾਡੇ ਗੀਤ ਸੁੰਦੇ ਬਹੁਤ ਸੋਹਣੇ ਨੇ ਮੈਨੂੰ ਬਹੁਤ ਵਧੀਆ ਲੱਗਦਾ ਹਾਂ ਚਲੋ ਵਧੀਆ ਕੰਮ ਤੇ ਪੇਰੈਂਟਸ ਹੁਣ ਕਹਿੰਦੇ ਮੁੰਡਾ ਜਵਾਨ ਹੋ ਗਿਆ ਕੁੜੀ ਦੇਖੋ ਵਿਆਹ ਕਰੋ ਤੁਹਾਡੇ ਪੇਰੈਂਟਸ ਕੀ ਕਹਿੰਦੇ ਉਹ ਵੀ ਇਹੀ ਕਹਿੰਦੇ ਪੇਰੈਂਟਸ ਸਾਰਿਆਂ ਦੇਖੋ ਜੀ ਹੁੰਦੇ ਆ ਤੇ ਕੋਈ ਫਨੀ ਮੂਵਮੈਂਟ ਹੋਇਆ ਹੋਵੇ ਪੇਰੈਂਟਸ ਨਾਲ ਫਨੀ ਮੂਵਮੈਂਟ ਕਿ ਉਹ ਸਾਰੇ ਵੇ ਤਾਂ ਫਨੀ ਹੁੰਦੇ ਜੇ ਆਪਾਂ ਆਪਣੇ ਘਰਾਂ ਦੀਆਂ ਗੱਲਾਂ ਦੱਸਣ ਲੱਗ ਜਾਈਏ ਸਾਰੀਆਂ ਫਨੀ ਨਿਕਲਣੀਆਂ ਕਰਦਿਆਂ ਨੂੰ ਗੀਤ ਪਸੰਦ ਹੈ ਜਿਹੜੀ ਟੋਨ ਵਿੱਚ ਰੋਮਾਂਟਿਕ ਵੀ ਗਾਣੇ ਹੋ ਬੀਟ ਵਾਲੇ ਕੋਈ EP ਵਿੱਚ ਬੀਟ ਸੌਂਗਸ ਸਾਰੇ ਹਾਂਜੀ 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 ਇਹ ਚ ਬੀਟ ਨੇ ਸਾਰੇ ਬੀਟ ਸੌਂਗਸ ਐ ਕੋਈ ਰੋਮਾਂਟਿਕ ਸੌਂਗ ਨਹੀਂ ਹੋਇਆ ਇਹਦੇ ਵਿੱਚ ਰੋਮਾਂਟਿਕ ਇਹ ਚ ਨਹੀਂ ਹੋਰ ਰੋਮਾਂਟਿਕ ਮੇਰੇ ਜ਼ਿਆਦਾ ਰੋਮਾਂਟਿਕ ਹੀ ਆਉਂਦੇ ਆ ਕਰਦਿਆਂ ਨੂੰ ਵੀ ਸਾਰਿਆਂ ਨੂੰ ਵੀ ਇਹੀ ਸੀਗਾ ਕੋਈ ਚੱਕਵਾ ਜਾ ਕਰ ਤੇ ਉਹ ਤਾਂ ਕਰਕੇ ਫਿਰ ਆ ਵੀ EP ਕਰਨ ਦਾ ਡਿਸੀਜਨ ਲਿਆ ਕੀ ਕਰਦੇ ਆ ਸਾਰੇ ਗੀਤ ਆਪਣੀ ਕਲਮ ਚ ਹੀ ਐ ਹਾਂਜੀ ਹਾਂਜੀ ਇੱਕ ਦੋ ਅਦਬ ਦੇ ਆ ਲਿਖੇ ਆਪਣੇ ਨਾਲ ਭਰਾ ਹੀ ਆਪਣਾ ਛੋਟਾ ਉਹਦੇ ਗਾਣਿਆਂ ਦੋਖ ਬਾਕੀ ਮੇਰੇ ਹੀ ਹੁੰਦੇ ਆ ਸਾਰੇ ਪੁਰਾਣੇ ਸਿੰਗਰਸ ਵਿੱਚੋਂ ਕਿਨੂੰ ਉਸਤਾਨ ਮੰਦੇ ਸੀ ਕੁਝ ਜਿਹਨੂੰ ਦੇਖ ਕੇ ਅੱਗੇ ਆਇਓ ਉਹ ਉਸਤਾਦ ਮੈਂ ਮੈਂ ਗੁਰਮੀਤ ਬਾਵਾ ਜੀ ਤੋਂ ਬਹੁਤ ਬਹੁਤ ਸਿੱਖਿਆ ਉਹਨਾਂ ਕੋਲ ਰਿਹਾ ਵੀ ਆ ਉਹਨਾਂ ਦੀ ਅਕੈਡਮੀਜ਼ ਵੀ ਤੇ ਉਹਨਾਂ ਤੋਂ ਬਹੁਤ ਕੁਝ ਫੋਕ ਦਾ ਮਤਲਬ ਕਿ ਵਧੀਆ ਸੀਗਾ ਸਾਰਾ ਕੁਝ ਉਹਨਾਂ ਦਾ ਵੋਕਲ ਸਾਰਾ ਕੁਝ ਮਤਲਬ ਕਿ ਸਿੱਖਿਆ ਉਹਨਾਂ ਤੋਂ ਸਟੇਜਾਂ ਤੇ ਵੀ ਕਿਵੇਂ ਪਰਫਾਰਮ ਕਰਨਾ ਆਡੀਅנס ਨਾਲ ਕਿਵੇਂ ਗੱਲਬਾਤ ਕਰਨੀ ਕਿਉਂਕਿ ਜੋ ਉਹ ਸਿਖਾ ਸਕਦੇ ਤੁਹਾਨੂੰ ਆਪਾਂ ਉਹ ਨਵੇਂ ਦਾ ਫੇਸ ਕਰ ਹੀ ਨਹੀਂ ਸਕਦੇ ਅਜੇ ਕਿਉਂਕਿ ਜੋ ਉਹਨਾਂ ਨੇ ਫੇਸ ਕੀਤਾ ਕਿਉਂਕਿ ਉਹਨਾਂ ਨੇ ਅਸਲ 'ਚ ਉਹ ਲਾਈਵ ਚੀਜ਼ਾਂ ਵੇਖੀਆਂ ਜੋ ਕਿ ਪਹਿਲਾਂ ਤਾਂ ਤੁਹਾਨੂੰ ਪਤਾ ਹੁੰਦਾ ਹੀ ਲਾਈਵ ਸੀਗਾ ਸਾਰਾ ਕੁਝ ਤੇ ਉਹਨਾਂ ਤੋਂ ਬਹੁਤ ਇਨਸਪਾਇਰਡ ਆ ਆਡੀਅנס ਨੂੰ ਜਿਹੜੀ ਸਿੰਗਰ ਦੇ ਪਿੱਛੇ ਵਾਲੀ ਬੈਕਗ੍ਰਾਉਂਡ ਮਿਹਨਤ ਹੁੰਦੀ ਹੈ ਉਹ ਨਹੀਂ ਦਿਖਦੀ ਜਿਹੜੇ ਗਾਣੇ ਆ ਗਏ ਉਹ ਦੇਖ ਲੈ ਕੀ ਹਾਂ ਗੀਤ ਕਿ ਕੱਢਿਆ ਵਧੀਆ ਸ਼ਿਵ ਕੁਮਾਰ ਜੀ ਦਾ ਉਹਨਾਂ ਲਈ ਵੀ ਲੋਕਾਂ ਨੇ ਆਪਣੀ ਪਰਸੈਪਸ਼ਨ ਬਣਾਈ ਹੋਈ ਸੀ ਪਰ ਉਹਨਾਂ ਦੇ ਪਿੱਛੇ ਵਾਲੀ ਕੀ ਮਿਹਨਤ ਸੀ ਉਹ ਲੋਕੀ ਨਹੀਂ ਦੇਖਦੇ ਕੀ ਕਹਿਣਾ ਚਾਹੁੰਦੇ ਲੋਕਾਂ ਨੂੰ ਮੈਂ ਲੋਕਾਂ ਨੂੰ ਤਾਂ ਕੁਝ ਨਹੀਂ ਕਹਿ ਸਕਦੇ ਆਪਾਂ ਕਿ ਉਹ ਸਾਰੇ ਬਹੁਤ ਸਿਆਣੇ ਨੇ ਪਰ ਇੱਕ ਆਪਾਂ ਛੋਟੀ ਜਿਹੀ ਇੱਕ ਚੀਜ਼ ਵੇਖ ਕੇ ਨਾ ਅਸੀਂ ਕਿਸੇ ਨੂੰ ਜੱਜ ਕਰ ਲੈਨੇ ਆਪਾਂ ਨਿੱਕੀ ਜੀ ਉਹ ਵੀ ਵੇਖਦੇ ਵੀ ਨਹੀਂ ਆਪਾਂ ਕਿਸੇ ਤੋਂ ਸੁਣ ਲੈਨੇ ਥੋੜੀ ਜੀ ਗੱਲ ਉਹ ਤੋਂ ਅਸੀਂ ਉਹਨੂੰ ਸਾਰਾ ਹੀ ਜੱਜ ਕਰ ਲੈਨੇ ਕਿ ਉਹ ਬੰਦਾ ਕਿਵੇਂ ਦਾ ਆ ਕੀ ਕਰਦਾ ਉਹਨਾਂ ਦੀਆਂ ਕਿਤਾਬਾਂ ਨੂੰ ਕਿਸੇ ਨੇ ਨਹੀਂ ਪੜਿਆ ਹੂੰ ਕਈ ਬੰਦੇ ਨੇ ਜਿੱਦਾਂ ਮੇਰੇ ਨਾਲ ਕੋਈ ਗੱਲ ਵੀ ਕਰਨ ਲੱਗਦਾ ਤੇ ਮੈਂ ਕੁਝ ਵਿੱਚੋਂ ਗੱਲ ਪੁੱਛ ਲੈਣਾ ਕਿ ਤੂੰ ਆਹ ਵਾਲੀ ਕਵਤਾ ਪੜ੍ਹੀ ਆ ਉਹਨੇ ਨਹੀਂ ਪੜ੍ਹੀ ਹੁੰਦੀ ਤੇ ਕਹਿਣ ਨੂੰ ਇਹੀ ਕਹਿੰਦੇ ਨੇ ਕਿ ਆਪਾਂ ਸ਼ੇਵ ਨੂੰ ਬਹੁਤ ਪੜਿਆ ਸ਼ੇਵ ਨੂੰ ਕਿਸੇ ਨੇ ਨਹੀਂ ਪੜਿਆ ਸ਼ੇਵ ਦੇ ਤਿੰਨ ਚਾਰ ਗੀਤ ਆ ਜਿਹੜੇ ਸਾਰਿਆਂ ਨੂੰ ਯਾਦ ਆ ਜਿਹੜੇ ਸਾਰਿਆਂ ਨੇ ਸੁਣੇ ਆ ਉਹ ਉਹਨਾਂ ਨੂੰ ਸੁਣ ਕੇ ਕਹਿੰਦੇ ਆ ਕਿ ਉਹਨਾਂ ਨੂੰ ਆਸ਼ਕ ਦਾ ਦਰਜਾ ਦੇ ਦਿੱਤਾ ਮੈਂ ਕਹਿੰਦਾ ਵੀ ਯਾਰ ਉਹਨਾਂ ਨੂੰ ਪੜੋ ਤਾਂ ਸਹੀ ਪੂਰਾ ਉਹਨਾਂ ਦਾ ਉਹਨਾਂ ਦੀ ਸੋਚ ਪੜੋ ਕਿ ਉਹਨਾਂ ਨੂੰ ਕੀ ਲਿਖਣਾ ਚਾਹੁੰਦੇ ਸੀਗੇ ਕੀ ਗਾਉਣਾ ਚਾਹੁੰਦੇ ਹੁੰਦੇ ਸੀਗੇ ਕਿ ਜਦੋਂ ਏਦਾਂ ਇੰਟਰਵਿਊ ਚ ਉਹਨਾਂ ਨੇ ਬਹੁਤ ਗਾਇਆ ਲਾਈਕ ਉਹਨਾਂ ਨੇ ਸਟੇਜਾਂ ਤੇ ਘਟ ਗਿਆ ਪਰ ਜਦੋਂ ਗਾਉਂਦੇ ਸੀਗੇ ਨਾ ਮਤਲਬ ਉਹ ਪਤਾ ਲੱਗਦਾ ਸੀਗਾ ਕਿ ਉਹ ਕਿਉਂ ਗਾ ਰਹੇ ਨੇ ਮਤਲਬ ਕੀ ਲਿਖਿਆ ਸੀਗਾ ਉਹਨਾਂ ਨੇ ਉਹਨੂੰ ਸੁਣੋ ਤੁਸੀਂ ਆਪਾਂ ਦੋ ਤਿੰਨ ਕਵਿਤਾਵਾਂ ਪੜ੍ਹੀਆਂ ਜਿੱਤੇ ਇਸ਼ਕ ਮੁਹੱਬਤ ਸੀਗਾ ਤਾਂ ਆਪਾਂ ਕਹਿੰਦਾ ਜਿਵੇਂ ਪਿਆਰ ਚ ਐ ਹੋ ਗਿਆ ਜਿਵੇਂ ਪਿਆਰ ਚ ਸ਼ਰਾਬ ਪੀਣ ਲੱਗ ਗਿਆ ਇਦਾਂ ਦਾ ਕੁਝ ਨਹੀਂ ਹੁੰਦਾ ਹੁੰਦਾ ਉਹ ਮਤਲਬ ਸਾਰੀਆਂ ਚੀਜ਼ਾਂ ਪੜੋ ਹਰ ਇੱਕ ਨੂੰ ਏਡੀ ਛੇਤੀ ਮੈਂ ਇਹੀ ਕਹਿਣਾ ਚਾਹੁੰਦਾ ਐਨੀ ਛੇਤੀ ਕਿਸੇ ਨੂੰ ਜੱਜ ਨਾ ਕਰੋ ਕੋਈ ਕ ਜੱਜ ਨਾ ਕਰੋ ਕਿ ਹਾਂ ਯਾਰ ਅੱਛਾ ਬੰਦਾ ਇਦਾਂ ਦਾ ਹੋਊਗਾ ਤੁਹਾਨੂੰ ਵੀ ਲੋਕਾਂ ਨੇ ਜੱਜ ਕੀਤਾ ਹਾਂ ਹਾਂ ਕਰਦੇ ਆ ਕੀ ਕਹਿੰਦੇ ਲੋਕੀ ਪਤਾ ਨਹੀਂ ਮੇਰੇ ਬਾਰੇ ਤਾਂ ਮਨੂੰ ਤਾਂ ਗੱਲਾਂ ਹੀ ਸੁਣਨ ਨੂੰ ਮਿਲਦੀਆਂ ਇਧਰ ਉਧਰ ਜਦੋਂ ਲੋਕੀ ਕੁਝ ਨੈਗੇਟਿਵ ਬੋਲਦੇ ਆ ਤਾਂ ਕੀ ਰਿਐਕਸ਼ਨ ਹੁੰਦਾ ਉਹਦਾ ਕੀ ਮੇਰਾ ਕੋਈ ਰਿਐਕਸ਼ਨ ਨਹੀਂ ਹੁੰਦਾ ਨਹੀਂ ਮੇਰਾ ਪੋਜ਼ਿਟਿਵ ਤੇ ਵੀ ਆਹੀ ਰਿਐਕਸ਼ਨ ਹੁੰਦਾ ਤੇ ਨੈਗੇਟਿਵਿਟੀ ਤੇ ਵੀ ਆਹੀ ਰਿਐਕਸ਼ਨ ਹੁੰਦਾ ਜੀ ਆਉਣ ਵਾਲੇ ਟਾਈਮ 'ਚ ਫਿਲਮਾਂ ਬਣਾਓ ਤਾਂ ਕਿਹੜੇ ਮੁੱਦਿਆਂ 'ਤੇ ਫਿਲਮਾਂ ਬਣਾਉਣਾ ਚਾਹੋ ਮੈਂ ਬਹੁਤ ਸਾਰੇ ਮੁੱਦੇ ਨੇ ਹਮ ਮਤਲਬ ਮੈਂ ਆਪਣੇ ਇਤਿਹਾਸ ਦੇ ਬਹੁਤ ਮੁੱਦੇ ਕਰੂੰਗਾ ਜਿਹੜੇ ਅਜੇ ਤੱਕ ਕਿਸੇ ਨੇ ਵਿਖਾਏ ਹੀ ਨਹੀਂ ਨਾ ਕਦੀ ਜ਼ਿਕਰ ਕੀਤਾ ਜਰਨਲ ਜੂਰਾਵਰ ਸਿੰਘ ਹੋਣਾ ਵਰਗੇ ਸਾਡੇ ਯੋਧੇ ਸੀਗੇ ਮਤਲਬ ਕਿ ਸ਼ਾਮ ਸਿੰਘ ਟਾਰੀ ਹੋਣਾ ਵਰਗੇ ਮਤਲਬ ਬਹੁਤ ਚੀਜ਼ਾਂ ਸੀਗੀਆਂ ਲਵ ਸਟੋਰੀ ਵੀ ਸਾਡੀਆਂ ਇਦਾਂ ਦੀਆਂ ਸੀਗੀਆਂ ਕਈ ਕਿ ਲਾਈਵ ਨੇ ਜਿਹੜੀਆਂ ਮਤਲਬ ਜਿੰਨਾਂ ਤੋਂ ਮੈਂ ਲੋਕਾਂ ਤੋਂ ਸੁਣਿਆ ਸੁਣਿਆ ਇਹਦਾ ਸੈਂਸ ਕਿ ਜਿੰਨਾਂ ਨਾ ਬੀਤੀਆਂ ਸੀਗੀਆਂ ਉਹ ਮੇਰੇ ਤੋਂ ਅਜੇ ਤੱਕ ਉਹ ਚੀਜ਼ਾਂ ਪਈਆਂ ਨੇ ਮਤਲਬ ਬਹੁਤ ਕੁਝ ਵਿਖਾਉਣ ਵਾਲਾ ਪਿਆ ਆਪਣੇ ਪੰਜਾਬ ਬਾਰੇ ਆਪਣੀਆਂ ਪਿੰਡਾਂ ਬਾਰੇ ਆਪਣੇ ਬਾਰੇ ਜਿਹੜਾ ਅਜੇ ਤੱਕ ਕਿਸੇ ਨੇ ਵਿਖਾਇਆ ਹੀ ਨਹੀਂ ਮਤਲਬ ਜਿਹੜਾ ਦਿਖਿਆ ਹੀ ਨਹੀਂ ਆਪਾਂ ਨੂੰ ਕਿਉਂਕਿ ਹੁਣ ਮਤਲਬ ਕਿ ਮੈਂ ਬਹੁਤ ਵੱਡਾ ਥੈਂਕਫੁਲ ਹਾਂ ਇਹਨਾਂ ਦਾ ਆਪਣਾ ਜਗਦੀਪ ਸਿੱਧੂ ਭਾਈ ਹੁਣਾਂ ਦਾ ਜਾਂ ਹੋਰ ਡਾਇਰੈਕਟਰਸ ਦਾ ਜਿੰਨਾਂ ਨੇ ਮਤਲਬ ਉਹ ਸਿਨੇਮੇ ਨੂੰ ਇੰਨਾ ਉੱਪਰ ਲੈ ਕੇ ਆ ਰਹੇ ਨੇ ਉਹ ਵੀ ਇੱਕ ਹਿਸਾਬ ਦਾ ਸਾਡੇ ਸਿਨੇਮਾ ਲਈ ਰਾਹ ਹੀ ਖੋਲ ਰਹੀ ਹੈ ਇੰਡਸਟਰੀ ਗਰੋ ਕਰ ਰਹੀ ਹੈ ਬਹੁਤ ਗਰੋ ਕਰ ਰਹੀ ਹੈ ਤੇ ਬਹੁਤ ਸੋਹਣੇ ਕਨਸੈਪਟ ਆ ਰਹੇ ਨੇ ਨਹੀਂ ਤੇ ਪਹਿਲਾਂ ਤੇ ਇਹ ਹੁੰਦਾ ਸੀ ਹਾ ਹਹੀ ਹੀ ਹੋ ਗਿਆ ਲੋਕਾਂ ਨੂੰ ਲੱਗਦਾ ਚਲੋ ਜੀ ਫਿਲਮ ਹਿੱਟ ਹੋ ਗਈ ਬਸ ਓਕੇ ਆ ਥੀਏਟਰ ਤਾਂ ਪਹਿਲਾਂ ਫਿਲਮ ਤਾਂ ਪਾਕਿਸਤਾਨੀ ਡਰਾਮਾ ਬਣਦਾ ਸੀਗਾ ਕਿ ਹੱਸ ਲਿਆ ਤਾਂ ਲੋਕਾਂ ਨੂੰ ਵੀ ਐਂ ਲੱਗਦਾ ਸੀਗਾ ਕਿ ਹਾਂ ਯਾਰ ਹਾਸਾ ਹੱਸ ਲਿਆ ਆਪਾਂ ਸਾਡੇ ਪੈਸੇ ਵਸੂਲ ਹੋ ਗਏ ਮਤਲਬ ਕਿ ਅਸਲੀ ਮੂਵੀ ਦਾ ਅਸਲੀ ਫਿਲਮ ਮੇਕਿੰਗ ਦਾ ਵੇਖਣ ਨੂੰ ਮਿਲਦੀ ਨਹੀਂ ਸੀਗੀ ਉਹਨਾਂ ਮੂਹ ਵਰਗੀ ਮੂਵੀ ਬਣੀ ਆ ਮਤਲਬ ਬਹੁਤ ਕਮਾਲ ਦੇ ਕਨਸੈਪਟ ਨੇ ਬਹੁਤ ਸੋਹਣੀਆਂ ਫਿਲਮਾਂ ਬਣ ਰਹੀਆਂ ਨੇ ਤੇ ਮਤਲਬ ਅੱਗੇ ਵੀ ਬਣਨਗੀਆਂ ਤੇ ਆਪਾਂ ਵੀ ਉਮੀਦ ਕਰਦੇ ਆ ਕਿ ਉਹਨਾਂ ਰਾਵਾਂ ਤੇ ਚੱਲੀਏ ਅਜੇ ਬਹੁਤ ਮੁੱਦੇ ਨੇ ਬਹੁਤ ਇਹ ਨਹੀਂ ਕਿ ਉਹ ਡਾਇਰੈਕਟਰ ਬਣਾ ਨਹੀਂ ਸਕਦੇ ਉਹ ਬਣਾ ਸਕਦੇ ਨੇ ਪਰ ਅਜੇ ਆਪਣੇ ਕੋਲ ਹੀ ਆਡੀਅੰਸ ਨਹੀਂ ਹੈਗੀ ਕਿ ਉਹ ਚੀਜ਼ ਨੂੰ ਅਕਸੈਪਟ ਕਰ ਸਕੇ ਉਹ ਚੀਜ਼ ਨੂੰ ਵੇਖ ਸਕੇ ਤੁਹਾਨੂੰ ਕੀ ਲੱਗਦਾ ਸਿਨੇਮਾ ਘਰਾ ਵਿੱਚ ਰੋਕ ਲਗਾਤੇ ਕਿ ਇਹ ਮੂਵੀ ਨਹੀਂ ਲਗਣੀ ਉਹ ਰੋਕਨ ਨਾਲ ਉਹ ਰੁਕ ਜਾਣਗੇ ਮੁੱਦੇ ਪੰਜਾਬ ਦੇ ਰੁਕਨ ਨਾਲ ਕੋਈ ਨਹੀਂ ਰੁਕਦਾ ਕਲਾ ਜਿਹੜੀ ਹੈ ਨਾ ਕਲਾ ਪਾਣੀ ਵਰਗੀ ਆ ਇਹ ਆਪਣਾ ਰਾਹ ਲੱਭ ਲੈਂਦੀ ਆਪੇ ਹੂੰ ਉਹਨੂੰ ਕੋਈ ਨਹੀਂ ਰੋਕ ਸਕਦਾ ਨਾ ਤੁਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਯਾਰ ਹੁਣ ਸਾਡੇ ਕੋਲ netflix ਆ amazon prime ਆ ਤਾਂ ਆਪਾਂ ਨੂੰ ਤਾਂ ਜਿੱਥੇ ਮਰਜ਼ੀ ਆਪਾਂ ਵਖਾ ਸਕਦੇ ਆ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਆਡੀਅנס ਨੂੰ ਜਾਂਦੇ ਜਾਂਦੇ ਮੈਂ ਤਾਂ ਕੀ ਕਹਿਣਾ ਇਹਨਾਂ ਨੂੰ ਸਾਰਾ ਕੁਝ ਪਤਾ ਹੀ ਆ ਮੈਂ ਤਾਂ ਬਸ ਇੱਕੋ ਗੱਲ ਕਹੂੰਗਾ ਮੈਂ ਹਰ ਵਾਰ ਕਹਿਣਾ ਹੁੰਦਾ ਕਿ ਯਾਰ ਥੋੜੀਆਂ ਜਿਹੀਆਂ ਕਿਤਾਬਾਂ ਪੜ੍ਹਿਆ ਕਰੀਏ ਆਪਾਂ ਮਤਲਬ ਕਿਤਾਬਾਂ 'ਚ ਬਹੁਤ ਕੋਜ ਆ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗਦਾ ਕਿਉਂਕਿ ਉਹ ਚੀਜ਼ਾਂ ਬਹੁਤ ਜ਼ਰੂਰੀ ਨੇ ਕਿਉਂਕਿ ਸਾਨੂੰ ਪਤਾ ਹੋਣਗੀਆਂ ਤੇ ਆਪਾਂ ਗਾਂ ਆਉਣ ਵਾਲਿਆਂ ਨੂੰ ਦੱਸਾਂਗੇ ਕਿਉਂਕਿ ਹੁਣ ਤੱਕ ਕਿਤਾਬਾਂ ਦਿਖਦੀਆਂ ਕੱਲ ਨੂੰ ਮੈਨੂੰ ਲੱਗਦਾ ਉਹ ਵੀ ਨਹੀਂ ਦਿਖਣੀਆਂ ਤੇ ਇਸ ਕਰਕੇ ਆਪਾਂ ਮਤਲਬ ਪੰਜਾਬ ਦੀ ਚੜ੍ਹਦੀ ਗੱਲ ਵਾਲੀ ਪਲਾ ਪੰਜਾਬ ਬਾਰੇ ਪੜ੍ਹੀਏ ਤੈਵੇਂ ਨਾ ਮੈਂ ਦੀ ਇੱਕ ਗੱਲ ਕਹਿਣਾ ਕਿ ਯਾਰ ਸੋਸ਼ਲ ਮੀਡੀਆ ਦੇ ਪਿੱਛੇ ਵੀ ਇੰਨਾ ਨਾ ਲੱਗੀਏ ਕਿ ਜੋ ਵੀ ਸੋਸ਼ਲ ਮੀਡੀਆ ਤੇ ਦੇਖ ਰਿਹਾ ਬਸ ਉਹੀ ਆ ਸਾਰਾ ਕੁਝ ਹੁਣ ਸੋਸ਼ਲ ਮੀਡੀਆ ਤੇ ਵੇਖੀਏ ਤਾਂ ਲੱਗਦਾ ਕਿ ਛੜਕਤੇ ਤੁਸੀਂ ਚੱਲ ਨਹੀਂ ਸਕਦੇ ਐਨਾ ਗਾਹ ਪਿਆ ਪੰਜਾਬ 'ਚ ਤੇ ਆਫਲਾਈਨ ਆਈ ਤਾਂ ਮਤਲਬ ਕਿ ਉਹਨਾਂ ਸੋਸ਼ਲ ਮੀਡੀਆ ਨੂੰ ਆਪਾਂ ਇੰਨਾ ਵੱਡਾ ਨਾ ਕਰ ਦਈਏ ਵੀ ਆਪਾਂ ਕਿਤਾਬਾਂ ਪੜਹੀਏ ਆਪਣਾ ਇਤਿਹਾਸ ਪੜਹੀਏ ਪਿੱਛੇ ਜਾਈਏ ਵੀ ਸਾਨੂੰ ਇਹ ਚੀਜ਼ਾਂ ਕਿਉਂ ਹੋ ਰਹੀਆਂ ਅੱਜ ਤੇ ਉਹਨੂੰ ਜਾਣਨ ਵਾਸਤੇ ਆਪਾਂ ਨੂੰ ਪੜ੍ਹਨਾ ਹੀ ਪਊਗਾ ਤੁਸੀਂ ਪੜ੍ਹਦੇ ਹੋ ਬੁੱਕਸ ਹਾਂਜੀ ਹਾਂਜੀ ਮੈਂ ਪੜ੍ਹਦਾ ਨਹੀਂ ਇਸ ਤੋਂ ਸੋਸ਼ਲ ਮੀਡੀਆ ਕਿੰਨਾ ਕੋ ਯੂਜ਼ ਕਰਦੇ ਸੋਸ਼ਲ ਮੀਡੀਆ ਕਰਦਾ ਮੈਂ ਯੂਜ਼ ਮਤਲਬ ਕਿ ਜਿੰਨਾ ਕਰਨਾ ਚਾਹੀਦਾ ਕੁਝ ਸੋਸ਼ਲ ਮੀਡੀਆ ਦੇ ਐਡਵਾਂਟੇਜ ਵੀ ਹੈ ਡਰਾਅਬੈਕਸ ਵੀ ਹੈ ਤਾਂ ਤੁਸੀਂ ਕਿਵੇਂ ਦੇਖਦੇ ਹੋ ਸੋਸ਼ਲ ਮੀਡੀਆ ਨੂੰ ਅੱਜ ਦੇ ਟਾਈਮ ਵਿੱਚ ਹਰ ਗੀਤ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਿਆ ਬਰ ভাইরাল ਗੀਤ ਹਿੱਟ ਨਹੀਂ ਹੋ ਸਕਦਾ ਜਦ ਤੱਕ ਪਿੱਛੇ ਸਿੰਗਰ ਦਾ ਨੇਮ ਹੀ ਨਹੀਂ ਪਤਾ ਕਿਸੇ ਨੂੰ ਜੇ ਰੀਲ ভাইরাল ਹੋ ਰਹੀ ਹੈ ਤਾਂ ਤੁਸੀਂ ਸੋਸ਼ਲ ਮੀਡੀਆ ਨੂੰ ਕਿਵੇਂ ਦੇਖਦੇ ਹੋ ਅੱਜ ਦੇ ਟਾਈਮ ਕਿ ਕੀ ਐਡਵਾਂਟੇਜਸ ਹੈ ਕੀ ਡਿਸਐਡਵਾਂਟੇਜ ਆਉਦੀਆਂ ਐਡਵਾਂਟੇਜ ਇਹ ਨਹੀਂ ਉਹਦੇ ਕਿ ਉਹ ਤੋਂ ਆਪਾਂ ਐਡਵਾਂਟੇਜ ਲਈਏ ਹੂੰ ਉਹਨੂੰ ਆਪਣੀ એનર્ਜੀ ਨਾ ਦਈਏ ਤੇ ਆਪਾਂ ਬਹੁਤੇ ਆਪਾਂ ਆਪਣੀ એનર્ਜੀ ਹੀ ਦੇ ਰਹੇ ਆਂ ਜੇ ਆਪਾਂ ਰੀਲਸ ਵੇਖਦੇ ਆਂ ਕਈ ਵਾਰ ਮੈਂ ਵੀ ਓਦਾਂ ਦਾ ਹੀ ਬਣ ਜਾਂਦਾ ਆ ਇਹ ਨਹੀਂ ਵੀ ਮੈਂ ਬਹੁਤ ਸਿਆਣਾ ਕਈ ਵਾਰ ਆਪਾਂ ਰੀਲਸ ਵੇਖਦੇ ਆਂ ਵੇਖੀ ਜਾਂਦੇ ਨੇ ਵੇਖੀ ਜਾਂਦੇ ਨੇ ਤੇ ਸਾਨੂੰ ਟਾਈਮ ਦਾ ਪਤਾ ਵੀ ਨਹੀਂ ਲੱਗਦਾ ਕੀ ਕਹਿੰਦਾ 1.5 ਘੰਟਾ ਕਿਹੜੇ ਵੇਲੇ ਲੰਘ ਗਿਆ ਮਤਲਬ ਕਿ ਹਰ ਚੀਜ਼ ਆ ਉਹਨੂੰ ਆਪਾਂ ਉਹ ਸਾਡੇ ਫਾਇਦੇ ਲਈ ਆ ਨਾ ਕਿ ਸਾਡੇ ਨੁਕਸਾਨ ਲਈ ਆਪਾਂ ਉਹਨੂੰ ਨੁਕਸਾਨ ਆਪ ਬਣਾਉਨੇ ਆ ਆਪਾਂ ਕਿਉਂਕਿ ਉਹਨੂੰ ਟਾਈਮ ਦੰਨੇ ਆਪਣਾ ਜਿਹੜੀ ਜ਼ਿੰਦਗੀ ਸਭ ਤੋਂ ਕੀਮਤੀ ਚੀਜ਼ ਤੇ ਆਪਾਂ ਉਹ ਉਹਨੂੰ ਦੇ ਰਹੇ ਆ ਤੇ ਉਹ ਆਪਾਂ ਉਹਨੂੰ ਨਾ ਇਹਨਾਂ ਦਈਏ ਮਤਲਬ ਆਪਾਂ ਉਹ ਤੋਂ ਫਾਇਦਾ ਲਈਏ ਕਿ ਜਿੰਨਾ ਕ ਆਪਾਂ ਨੂੰ ਕੋਈ ਕੰਮ ਕੀਤਾ ਆਪਾਂ ਉਤੇ ਪਾਈ ਗਏ ਲੋਕਾਂ ਦੇ ਰਿਵਿਊਜ਼ ਵੇਖੀਏ ਬਸ ਆ ਇਹਨਾਂ ਕਿ ਮੇਰੇ ਹਿਸਾਬ ਨਾਲ ਕੰਮ ਆ ਸੋਸ਼ਲ ਮੀਡੀਆ ਅਗੂ ਕਿਵੇਂ ਦੇ ਪ੍ਰੋਜੈਕਟਸ ਆਨੇ ਹੋ ਰੋਮਾਂਟਿਕ ਆਨੇ ਆ ਬੀਟ ਆਨੇ ਪ੍ਰੋਜੈ ਮੈਕਸੀ ਆਉਣਗੇ ਮਤਲਬ ਅਜੇ ਕੁਝ ਡਿਸਾਈਡ ਨਹੀਂ ਆ ਤੇ ਜਾਂਦੇ ਜਾਂਦੇ ਇੱਕ ਆਡੀਅנס ਲਈ ਗੀਤ ਹੋ ਗਏ ਆਪਣਾ ਹਾਂ ਮੈਂ ਗਾਣਾ ਆ ਰਿਹਾ ਆਪਣਾ ਉਹ ਗਾਣਾ ਸੁਣਾਉਣਾ ਤੁਹਾਨੂੰ ਮੈਂ ਹੋ ਪਹਿਲਾਂ ਸੀ ਤੂੰ ਮੇਰਾ ਹੁਣ ਥੋੜਾ ਹੋਰ ਹੋ ਗਿਆ ਮੈਂ ਪੰਜਾਬ ਤੇ ਚੰਦਰ ਹਲਹੌਰ ਹੋ ਗਿਆ ਹਾਏ ਤੇਰੀ ਦੀਦ ਦਾ ਦਰ ਮੇਰੇ ਲਈ ਕਿਉਂ ਨਹੀਂ ਖੁੱਲਦਾ ਸਭ ਭੁੱਲ ਗਿਆਂ ਪਰ ਸ਼ਹਿਰ ਨਹੀਂ ਤੇਰਾ ਬਟਾਲਾ ਭੁੱਲਦਾ ਓ ਯੂਥ ਫੈਸਟ ਤੇ ਸਿਰ ਤੇ ਝੁੱਕਦੇ ਅੰਬਰ ਸੀ ਤੇਰਾ ਪੰਗੜਾ ਮੇਰਾ ਗਿੱਧਾ ਵੇਖ ਨੰਬਰ ਸੀ ਹਰ ਕੰਡਾ ਮੇਰੇ ਖੁਬ ਜੇ ਤੇਰੇ ਰਾਹ ਵਾਲਾ ਮੈਂ ਕੱਲ ਟੀਵੀ ਉਤੇ ਵੇਖਿਆ ਗਾਣਾ ਚਾਹ ਵਾਲਾ ਉਹ ਚਾਹ ਤੋਂ ਚੇਤਾ ਆਇਆ ਨਾਲ ਕੀ ਖਾਂਦੇ ਸੀ ਕਿੱਥੇ ਨੇ ਜਿਹੜੇ ਭਾਬੀ ਭਾਬੀ ਆਂਦੇ ਸੀ ਹਾਏ ਦੂਰੀਆਂ ਦੇ ਨਾਲ ਲੜ ਕੇ ਦੁਹਾਂ ਦਾ ਜ਼ੋਰ ਹੋ ਗਿਆ ਮੈਂ ਪੰਜਾਬ ਤੇ ਤੂੰ ਚੰਦਰ ਆ ਲਾਹੌਰ ਹੋ ਗਿਆ ਚਾਹ ਕੁਝ ਜ਼ਿਆਦਾ ਹੀ ਪਸੰਦ ਹੈ ਹਰ ਗੀਤ ਵਿੱਚ ਚਾਹ ਪਾਈ ਹੋਈ ਹੈ ਹਾਂ ਚਾਹ ਮੈਨੂੰ ਬਹੁਤ ਪਸੰਦ ਆ ਮਤਲਬ ਚਾਹ ਚਾਹ ਗੀਤ ਵਿੱਚ ਤਾਂ ਡੇ ਲਾਈਨਸ ਵੀ ਸੀਗੀਆਂ ਪਰ ਲੇਕ ਉਹ ਲਾਈਨਸ ਜ਼ਰੂਰ ਸੁਣਦੀਆਂ ਮੈਂ ਕਿਹੜੀਆਂ ਚਾਹ ਦੀ ਕੁਝ ਲਾਈਨਸ ਸੀਗੀਆਂ ਹਾਂ ਉਹ ਕਹਿੰਦਾ ਸੀ ਅਮੀਰ ਜ਼ਾਦਾ ਨਹੀਂ ਆ ਮੈਂ ਮੇਰੇ ਨਾਲ ਜ਼ਿੰਦਗੀ ਜੀਏਂਗੀ ਅਮੀਰ ਜ਼ਾਦਾ ਨਹੀਂ ਆ ਮੈਂ ਮੇਰੇ ਨਾਲ ਜ਼ਿੰਦਗੀ ਜੀਏਂਗੀ ਸਵਾਦ ਬਹੁਤ ਬਣਾਉਣਾ ਮੈਂ ਮੇਰੇ ਨਾਲ ਚਾਹ ਪੀਏਂਗੀ ਪੀਤੀ ਅਜੇ ਤੱਕ ਕਿਸੇ ਨੇ ਮਿਰਚਾ ਤੁਹਾਡੇ ਹੱਥ ਦੀ ਹਾਂ ਬਸ ਪੀਤੀ ਉਹੀ ਗਾਣੇ ਲਿਖਾਈ ਜਾਣ ਦੀ ਅਜੇ ਤੱਕ ਤਾਂ 올 ਦੀ ਬੈਸਟ ਤੁਹਾਨੂੰ ਫਿਚਰ ਲਈ ਵੀ ਬਹੁਤ ਵਧੀਆ ਸੰਗਸ ਹੈ ਅਗੋਲੀ ਵੀ ਬਹੁਤ ਵਧੀਆ ਵਧੀਆ ਸੰਗਸ ਕੱਢੋ ਤੇ ਆਡੀਅੰਸ ਲਈ ਉਹਨਾਂ ਦੇ ਟੇਸਟ ਦੇ ਸੰਗਸ ਕੱਢੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤਾਂ ଏਸੀ ਸਾਡੇ ਨਾਲ ਅੰਗਦ ਅਲੀਵਾਲ ਜਿਨ੍ਹਾਂ ਦੇ ਸੰਗਸ ਸੋਸ਼ਲ ਮੀਡੀਆ ਤੇ ਤੁਸੀਂ ਸੁਨੇ ਹੋਨੇ ਨੇ ਤੇ ਇਹਨਾਂ ਨੂੰ ਖੂਬ ਸਪੋਰਟ ਕਰੋ ਤੇਨਾਂ ਦੀ ਹਾਲੀ ਵਿੱਚ ਵੀ ਈਪੀ ਰਿਲੀਜ਼ ਹੋਈ ਹੈ ਡੀ ਲੀ ਲਿਸਟ ਤੇ ਉਹਨੂੰ ਵੀ ਖੂਬਸਾਰਾ ਪਿਆਰ ਦਿਓ ਤੇ ਹੋਰ ਨਵੇਂ-ਨਵੇਂ ਅਪਡੇਟਸ ਦੇਖਣ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਸੁਖਵਿੰਦਰ ਦੇ ਨਾਲ ਹਰਪ੍ਰੀਤ ਕੌਰ